ਵਿੱਚ ਦਿੱਤਾ ਜਾ ਰਿਹਾ ਹੈ ਇਹਨਾਂ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਔਰ ਅੱਜ ਦੇ ਇਸ ਕਬੱਡੀ ਕੱਪ ਦਾ ਪਹਿਲਾ ਪ੍ਰਾਈਜ਼ ਗਿੰਦੀ ਹੰਸਰਾ ਤੇ ਗੁਰਵਿੰਦਰ ਬੀਲੇ ਹੋਣਾ ਵੱਲੋਂ ਮੇਰੇ ਵੀਰੋ ਸਵਰਗੀ ਸਰਦਾਰ ਸ਼ਮਸ਼ੇਰ ਸਿੰਘ ਦੀ ਯਾਦ ਵਿੱਚ ਦਿੱਤਾ ਜਾ ਰਿਹਾ ਹੈ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕੀਤਾ ਜਾ ਰਿਹਾ ਹੈ ਧੰਨਵਾਦ ਕੀਤਾ ਜਾਂਦਾ ਹੈ ਉਧਰ ਪ੍ਰਧਾਨ ਬਲਵਿੰਦਰ ਸਿੰਘ ਜੀ ਜਸਵੀਰ ਸਿੰਘ ਜੀ ਕੈਸ਼ੀਅਰ ਜਸਪਾਲ ਸਿੰਘ ਜੀ ਭੱਟੀ ਸੀਨੀਅਰ ਮੇਰੇ ਵੀਰੋ ਸੀਨੀਅਰ ਮੀਤ ਪ੍ਰਧਾਨ ਜਿਨ੍ਹਾਂ ਨੇ ਅੱਜ ਦੇ ਇਸ ਟੂਰਨਾਮੈਂਟ ਦੇ ਲਈ ਮੇਰੇ ਵੀਰੋ 5 ਲੱਖ ਰੁਪਏ ਦੀ ਜਿਹੜੀ ਰਾਸ਼ੀ ਹੈ ਉਹ ਇਕੱਠੀ ਕੀਤੀ ਹੈ ਉਹਨਾਂ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਗਦੇਵ ਸਿੰਘ ਜੀ ਜੱਗਾ ਸੈਕਟਰੀ ਉਹਨਾਂ ਦਾ ਵੀ ਧੰਨਵਾਦ ਔਰ ਫੁੱਟਬਾਲ ਦੇ ਲਈ ਡਾਕਟਰ ਜਸਪਾਲ ਸਿੰਘ ਜੀ ਹੰਸਰਾ ਕੈਨੇਡਾ ਤੇ ਅਵਤਾਰ ਸਿੰਘ ਜੀ ਹੰਸਰਾ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਵੱਡੇ ਯੋਗਦਾਨ ਹੈ ਫੁੱਟਬਾਲ ਦੇ ਲਈ ਅਵਿਨਾਸ਼ ਸਿੰਘ ਹੰਸਰਾ ਤੇ ਜਗਰਾਜ ਸਿੰਘ ਹੰਸਰਾ USA ਹਾਕੀ ਦਾ ਪਹਿਲਾ ਪ੍ਰਾਈਜ਼ ਇਹਨਾਂ ਵੱਲੋਂ ਦਿੱਤਾ ਜਾ ਰਿਹਾ ਹੈ ਤੇ ਦੂਜਾ ਪ੍ਰਾਈਜ਼ ਜਿਹੜਾ ਹੈ ਮਨਦੀਪ ਸਿੰਘ ਆਸਟ੍ਰੇਲੀਆ ਪੁੱਤਰ ਸੁਖਦੇਵ ਸਿੰਘ ਮੈਂਬਰ ਪੰਚਾਇਤ ਨੇ ਜੋ ਉਹਨਾਂ ਵੱਲੋਂ ਦਿੱਤਾ ਜਾ ਰਿਹਾ ਹੈ ਹਿੰਮਤ ਸਿੰਘ ਸੇਖੋਂ ਉਹਨਾਂ ਵੱਲੋਂ 31,000 ਔਰ ਕਮਲਪ੍ਰੀਤ ਸਿੰਘ UK 51,000 ਸੋਨੂ UK ਤੇ ਕੁਲਵਿੰਦਰ ਆਸਟ੍ਰੇਲੀਆ ਵੱਲੋਂ 51,000 ਰਘਵੀਰ ਸਿੰਘ ਬਾਸੀ USA ਵਾਲੇ 51,000 ਇਸ ਕਬੱਡੀ ਕੱਪ ਦੇ ਲਈ ਯੋਗਦਾਨ ਪਾ ਰਹੇ ਹੈ ਰਮਨਦੀਪ ਸਿੰਘ ਬਾਸੀ USA ਨਾਲ ਰਮਨਦੀਪ ਸਿੰਘ ਧਨੋਆ ਇਹਨਾਂ ਵੱਲੋਂ 51,000 ਤੇ ਕਾਲਾ ਕੈਨੇਡਾ 51,000 ਜੋ ਸੁਪੁੱਤਰ ਨੇ ਸਰਦਾਰ ਬਲਵਿੰਦਰ ਸਿੰਘ ਪ੍ਰਧਾਨ ਉਹਨਾਂ ਦੇ ਇਹਨਾਂ ਦਾ ਵੀ ਧੰਨਵਾਦ ਹੈ ਇੰਦਰਜੀਤ ਬਾਸੀ ਪੋਤਰੇ ਗੁਰਦਿਆਲ ਸਿੰਘ ਜੀ ਬਾਸੀ ਬਹੁਤ ਵੱਡਾ ਯੋਗਦਾਨ ਯੋਗੀ USA ਤੇ ਲੱਖਾ ਤੇ ਜਗਤਾਰ ਕੈਨੇਡਾ ਉਹਨਾਂ ਦਾ ਵੀ ਅੱਜ ਦੇ ਕਬੱਡੀ ਕੱਪ ਦੇ ਲਈ ਬਹੁਤ ਵੱਡਾ ਯੋਗਦਾਨ ਹੈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਲਓ ਖੇਡ ਮੈਦਾਨ ਦੇ ਵਿੱਚ ਕਬੱਡੀ ਜਿਹੜਾ ਮੈਚ ਨਾਨਕ ਕਲੇਰਾਂ ਦੀ ਟੀਮ ਹਾਕੀ ਦੇ ਗਰਾਊਂਡ ਵਾਲੀ ਸਾਈਡ ਤੇ ਦੂਸਰੇ ਪਾਸੇ ਫ੍ਰਿੰਜ ਕਲੱਬ ਜਗਰਾਉਂ ਦੀ ਟੀਮ ਹੈ ਦੋਨੋਂ ਟੀਮਾਂ ਦੇ ਦਰਮਿਆਨ ਮੈਚ ਜਿਹੜਾ ਸ਼ੁਰੂ ਹੋ ਚੁੱਕਿਆ ਹੈ ਬਲਜੀਤ ਸਾਧੋ ਕੇ ਵਾਲਾ ਮਹਾਨ ਕਬੱਡੀ ਖਿਡਾਰੀ ਵੀ ਅੱਜ ਦੇ ਇਸ ਕਬੱਡੀ ਕੱਪ ਦੇ ਪੁੱਜਣ ਜਾ ਰਿਹਾ ਹੈ ਗਿੰਦੀ ਹੰਸਰੇ ਵੱਲੋਂ ਗਿੰਦਰੀ ਦੀ 3 ਕਬੱਡੀਆਂ ਤੇ ਗੋਗੀ ਬਾਸੀ ਗਿੰਦੀ ਹੰਸਰਾ ਤੇ ਹਰਪ੍ਰੀਤ ਸਿੰਘ ਸਾਡਾ ਵੀਰ ਪੀਤਾ ਉਹਨਾਂ ਵੱਲੋਂ ਗਿੰਦਰੀ ਦੇ ਹਰ ਇੱਕ ਪੁਆਇੰਟ ਤੇ 100-100 ਰੁਪਏ ਦੇ ਮਾਨ ਸਨਮਾਨ ਦਿੱਤੇ ਜਾਣਗੇ ਲਓ ਇਸੇ ਨਗਰ ਦਾ ਖਿਡਾਰੀ ਮੇਰੇ ਵੀਰੋ ਇਸ ਲਈ ਗਿੰਦਰੀ ਦੀ ਪਈ ਹੋਈ ਕਬੱਡੀ ਤੇ ਕੌਣ ਜਫਾ ਲਾਵੇਗਾ ਇਧਰ ਸਾਡੇ ਵੀਰ ਗਿੰਦੀ ਹੰਸਰਾ ਗੋਪੀ ਬਾਸੀ ਤੇ ਨਾਲ ਕਹਿੰਦੇ ਹਰਪ੍ਰੀਤ ਪੀਤਾ ਆਸਟ੍ਰੇਲੀਆ ਵਾਲੇ ਉਹਨਾਂ ਵੱਲੋਂ 100-100 ਦੇ ਮਾਨ ਸਨਮਾਨ ਦਿੱਤੇ ਜਾਣਗੇ ਸਿੱਖੀ ਸਰੂਪ ਦੇ ਵਿੱਚ ਨੌਜਵਾਨ ਨਾਨਕ ਸਰ ਕਲੇਰਾਂ ਦੀ ਪਵਿੱਤਰ ਧਰਤੀ ਦਾ ਲਾ ਬਲਵਿੰਦਰ ਸਿੰਘ ਜੀ ਪ੍ਰਧਾਨ ਤੁਹਾਡੇ ਆਪਣੇ ਇੱਕ ਨਗਰ ਦਾ ਖਿਡਾਰੀ ਗਿੰਦਰੀ ਦੇ ਨਾਂ ਤੇ ਤਾੜੀਆਂ ਮਾਰ ਦੋ ਦਰਸ਼ਕ ਵੀਰਿਓ ਕਮਾਲਪੁਰੇ ਦਾ ਇਹ ਨੌਜਵਾਨ ਇਸ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਨੌਜਵਾਨ ਦੇਬੂ ਵਧਿਆ ਹੋਇਆ 4 ਜਾਫੀਆਂ ਵਿੱਚ ਵੇਖਦਾ ਵੀ ਹੁਣ ਬਾਗੇ ਵਰਗੇ ਨੌਜਵਾਨ ਸੀਪਾ ਦੇ ਗ੍ਰਾਮਾਂ ਵਾਲਾ ਖੇਲੇ ਪਰਿਵਾਰ ਦਾ ਕਿਹੋ ਜਿਹਾ ਕਮਾਲ ਕਰਦਾ ਲਓ ਸਾਹਮਣੇ ਸੀਪਾ ਮੇਰੇ ਵੀਰੋ ਇਸ ਲਈ ਕਰਦਾ ਹੋਇਆ ਕੋਸ਼ਿਸ਼ ਤੇ ਸਫਲਤਾ ਧਾਵੀ ਦੇ ਕਦਮ ਚੁੰਮ ਰਹੀ ਹੈ ਪੁਆਇੰਟ ਦੇਬੂ ਜਲਾਲ ਦੀ ਵਾਲੀ ਦੇ ਹਿੱਸੇ ਜਾ ਜੁੜਿਆ ਉਧਰ ਬਿੱਲਾ ਵੀ ਕਹਿੰਦੇ ਜਲਾਲ ਦੀ ਵਾਲੀ ਆ ਸਰੀ ਦੇ ਵਿੱਚ ਜਾ ਵਸਿਆ ਲਓ ਖੇਡ ਮੈਦਾਨ ਦੇ ਵਿੱਚ ਆਪਾਂ ਵੇਖੀਏ ਫ੍ਰੈਂਡਜ਼ ਕਲੱਬ ਨੌਜਵਾਨ ਜਗਰਾਉਂ ਦੀ ਟੀਮ ਦਾ ਨੌਜਵਾਨ ਮੇਰੇ ਵੀਰੋ ਕਬੱਡੀ ਪਾ ਰਿਹਾ ਹੈ 17 ਤਰੀਕ ਨੂੰ ਕਹਿੰਦੇ ਰੂਮੀ ਦੇ ਵਿੱਚ 9-11 ਟਰੈਕਟਰ ਦਿੱਤੇ ਜਾਣਗੇ ਆਪ ਸਭ ਨੂੰ ਸਤਿ ਹੈ ਅੱਜ ਦਾ ਕਬੱਡੀ ਕੱਪ ਜਿੱਥੇ ਬੁਲਟ ਮੋਟਰਸਾਈਕਲ ਹੈ ਪਰ ਲਾਗਲਾ ਪਿੰਡ ਰੂਮੀ ਹੈ ਇੱਥੇ 17 ਤਰੀਕ ਨੂੰ 9-11 ਟਰੈਕਟਰ ਬੈਸਟ ਰੇਡਰ ਤੇ ਜਾਫੀ ਨੂੰ ਦਿੱਤੇ ਜਾਣਗੇ ਇਧਰ ਆਪਾਂ ਗਰਾਊਂਡ ਦੇ ਵਿੱਚ ਦੇਖੀਏ ਪੈਂਦੀ ਹੋਈ ਕਬੱਡੀ ਕਿ ਰੇਡ ਪੈਂਦੀ ਹੈ ਪੱਟਾਂ ਦੇ ਉੱਤੇ ਥਾਪੀ ਮਾਰ ਕੇ ਅੱਖ ਰੱਖਣੀ ਵੀ ਪੈਂਦੀ ਜਾਫੀ ਵਾਲੀ ਤਾੜ ਕੇ ਸੀਪਾ ਨੌਜਵਾਨ ਜਗਰਾਉਂ ਦੀ ਟੀਮ ਦਾ ਹੈ ਪਰ ਦੂਜੇ ਪਾਸੇ ਆਪਾਂ ਵੇਖੀਏ ਬਹੁਤ ਸੋਹਣੀ ਕੋਸ਼ਿਸ਼ ਹੈ ਮੇਰੇ ਵੀਰੋ ਜਗਰਾਉਂ ਕਿ ਆਰੀ 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 ਵਿੱਚ ਜਗਰਾਵਾਂ ਦੇ ਲੱਗਦੀ ਰੌਸ਼ਨੀ ਭਾਰੀ ਵਿੱਚ ਜਗਰਾਵਾਂ ਦੇ ਅਮਨਾ ਕੰਡਿਆਲ ਵਾਲਾ ਖਿਡਾਰੀ ਆਪਣੀ ਗੱਡੀ ਕੋਲੇ ਪੁੱਜ ਜਾਵੇ ਲਓ ਜਿੰਦਰੀ ਕਮਾਲਪੁਰੇ ਵਾਲਾ ਗੋਪੀ ਵਾਸੀ ਗਿੰਦੀ ਹੰਸਰਾ ਤੇ ਹਰਪ੍ਰੀਤ ਪੀਤਾ ਆਸਟ੍ਰੇਲੀਆ ਉਹਨਾਂ ਵੱਲੋਂ 100-100 ਦੇ ਮਾਨ ਸਨਮਾਨ ਦਿੱਤੇ ਜਾਣਗੇ ਜਿੰਦਰੀ ਦੇ ਹਰ ਇੱਕ ਪੁਆਇੰਟ ਤੇ ਅਗਲਾ ਮੈਚ ਗੁਰਵਿੰਦਰ ਬੀਲੇ ਹੋਣਾ ਵੱਲੋਂ ਮੇਰੇ ਵੀਰੋ ਜਿੰਦਰੀ ਦੇ ਹਰ ਇੱਕ ਪੁਆਇੰਟ ਤੇ 100-100 ਦੇ ਮਾਨ ਸਨਮਾਨ ਲਾ ਪਈ ਹੋਈ ਇਸੇ ਲਈ ਜਿੰਦਰੀ ਦੀ ਕਬੱਡੀ ਤੇ ਨਾਨਕ ਸਰ ਕਲੇਰਾਂ ਦੀ ਧਰਤੀ ਦਾ ਜਾਫੀ ਪੂਰੀ ਕੋਸ਼ਿਸ਼ ਕਰਦਾ ਤੇ ਜਿੰਦਰੀ ਕਮਾਲਪੁਰੇ ਵਾਲਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਭੂਤਰ ਦੀ ਟੀਮ ਜਿਹੜੀ ਪੁੱਜ ਚੁੱਕੀ ਹੈ ਕੇਵਲ ਕਲੱਬ ਲੋਪੋ
ਤੇ ਭੋਜਨ ਦੀਆਂ ਟੀਮਾਂ ਦੇ ਦਰਮਿਆਨ ਜਿਹੜਾ ਮੈਚ ਖੇਡਿਆ ਜਾਣਾ ਹੈ ਕੀਪਾ ਭੋਜਨ ਵਾਲਾ ਕਬੱਡੀ ਦਾ ਮੰਨਿਆ ਪਰਮੰਨਿਆ ਜਾਸੀ ਨਾਲ ਗੱਗੀ ਮੱਲੇ ਵਾਲਾ ਹੈਪੀ ਵਰਗੇ ਜੱਗੀ ਵਰਗੇ ਖਿਡਾਰੀ ਜਿਹੜੇ ਮੇਰੇ ਵੀਰੋ ਇਸ ਟੀਮ ਦੇ ਲਈ ਖੇਡਣਗੇ ਕੇਵਲ ਕਲੱਬ ਲੋਪੋ ਦੀ ਟੀਮ ਨੂੰ ਮੇਰੀ ਬੇਨਤੀ ਹੈ ਉਹ ਟੀਮ ਵੀ ਜਲਦੀ ਨਾਲ ਖੇਡ ਮੈਦਾਨ ਦੇ ਵਿੱਚ ਪੁੱਜ ਜਾਵੇ ਇਹ ਆ ਸੀਪਾ ਜਗਰਾਮਾ ਵਾਲਾ ਮੇਰੇ ਵੀਰੋ ਇਸ ਲਈ ਕੋਸ਼ਿਸ਼ ਕਰਦਾ ਹੈ ਪਰ ਦੇਬੂ ਨੇ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੈ ਗਗਨ ਜਗਰਾਮਾ ਦੀ ਟੀਮ ਦਾ ਖਿਡਾਰੀ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਕਿ ਜੋ ਤੀਰ ਨਿਸ਼ਾਨੇ ਉਹ ਖੁੰਝੀਏ ਉਹ ਕਾਹਦਾ ਹਥਿਆਰ ਉਹਦੀ ਜਿੱਤ ਹਮੇਸ਼ਾ ਦੋਸਤੋ ਜੋ ਪਹਿਲਾ ਕਰਜੇ ਵਾਰ ਜੋ ਤੀਰ ਨਿਸ਼ਾਨੇ ਉਹ ਖੁੰਝੀਏ ਉਹ ਕਾਹਦਾ ਹਥਿਆਰ ਉਹਦੀ ਜਿੱਤ ਹਮੇਸ਼ਾ ਦੋਸਤੋ ਜੋ ਪਹਿਲਾ ਕਰਜੇ ਵਾਰ ਲਓ ਪੁਆਇੰਟ ਜਿਹੜਾ ਗਗਨ ਨੇ ਆਪਣੀ ਟੀਮ ਦੇ ਲਈ ਜੋੜਿਆ ਨਾਨਕਸਰ ਕਲੇਰਾਂ ਦੀ ਧਰਤੀ ਹੈ ਬਾਬਾ ਆਨੰਦ ਸਿੰਘ ਦੀ ਧਰਤੀ ਮੇਰੇ ਵੀਰੋ ਲਓ ਸਾਹਮਣੇ ਗੱਭਰੂ ਦੀ ਪਈ ਹੋਈ ਕਬੱਡੀ ਤੇ ਜਗਰਾਓਂ ਦੀ ਟੀਮ ਦਾ ਕਿਹੜਾ ਜਾਫੀ ਲਾ ਕੇ ਜਫਾ ਆਪਣੀ ਟੀਮ ਲਈ ਲੱਖਾਂ ਜਾਂ ਪੁਆਇੰਟ ਜੋੜਦਾ ਹੈ ਗੱਲ ਸਮੇਂ ਦੀ ਲਓ ਧਾਵੀ ਦਾ ਬੋਲਿਆ ਹੋਇਆ ਧਾਵਾ ਜਾਫੀਆਂ ਨੇ ਠੱਲ ਪਾਉਣੀ ਸੀਪਾ ਜਗਰਾਵਾਂ ਵਾਲਾ ਇਸ ਲਈ ਕੋਸ਼ਿਸ਼ ਕਰਦਾ ਹੈ ਤੇ ਪੁਆਇੰਟ ਨੌਜਵਾਨ ਧਾਵੀ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੈ ਜਿੰਦਰੀ ਕਮਾਲਪੁਰੇ ਵਾਲਾ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਗੋਪੀ ਬਾਸੀ ਨਾਲ ਹਰਪ੍ਰੀਤ ਪੀਤਾ ਆਸਟ੍ਰੇਲੀਆ ਤੇ ਨਾਲ ਮੇਰੇ ਵੀਰੋ ਗਿੱਧੀ ਹੰਸਰਾ ਤੇ ਗੁਰਵਿੰਦਰ ਵਿਹਲੇ ਉਹਨਾਂ ਵੱਲੋਂ ਹਰ ਇੱਕ ਪੁਆਇੰਟ ਤੇ 100-100 ਰੁਪਏ ਦੇ ਮਾਨ ਸਨਮਾਨ ਦਿੱਤੇ ਜਾਣਗੇ ਇਧਰ ਵਿੰਦਰੀ ਦੇ ਲਈ ਮੈਨੂੰ ਹੰਸਰਾ ਜੀ ਆਸਟ੍ਰੇਲੀਆ ਵਾਲੇ ਉਹਨਾਂ ਵੱਲੋਂ 100 ਰੁਪਏ ਦੇ ਮਾਨ ਸਨਮਾਨ ਪੁੱਜੇ ਹੈ ਬਿਆੰਤ ਸਿੰਘ ਜੀ ਪਿੰਡ ਮੋਮ ਤੋਂ 5000 ਰੁਪਇਆ ਇਸ ਖੇਡ ਮੇਲੇ ਦੇ ਲਈ ਪੁੱਜਦਾ ਕਰਦੇ ਹੈ ਬਿਆੰਤ ਸਿੰਘ ਜੀ ਮੋਮ ਪਿੰਡ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਸਮੁੱਚੀ ਪ੍ਰਬੰਧਕੀ ਕਮੇਟੀ ਜਿਨ੍ਹਾਂ ਵੱਲੋਂ 5000 ਰੁਪਇਆ ਇਸ ਟੂਰਨਾਮੈਂਟ ਦੇ ਲਈ ਪੁੱਜਿਆ ਹੈ ਲਓ ਖੇਡ ਮੈਦਾਨ ਦੇ ਵਿੱਚ ਆਪਾਂ ਵੇਖੀਏ ਨਾਨਕ ਸਰ ਕਲੇਰਾਂ ਵਾਲਾ ਨੌਜਵਾਨ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਜਲਾਲ ਦੀਵਾਲ ਪਿੰਡ ਹੈ ਲਓ ਅੱਜ ਨਾਨਕ ਸਰ ਦੀ ਟੀਮ ਦੇ ਲਈ ਨੌਜਵਾਨ ਖੇਡ ਰਿਹਾ ਹੈ ਦੇਬੂ ਜਲਾਲ ਦੀਵਾਲ ਦਾ ਮੇਰੇ ਵੀਰੋ ਕਬੱਡੀ ਪਾ ਕੇ ਪੁਆਇੰਟ ਲੈ ਕੇ ਵਾਪਸ ਜਾਂਦਾ ਹੋਇਆ ਆਪਣੀ ਟੀਮ ਦੇ ਲਈ ਉਧਰ ਜਿਹੜਾ ਇਤਰਾਜ਼ ਲਿਖਾਉਣਾ ਜੀ ਉਹ ਸਟੇਜ ਤੇ ਲਿਖਾਉਣਾ ਹੈ ਠੀਕ ਹੈ ਜੀ ਕਹਿਤਾ ਜੀ ਇਤਰਾਜ਼ ਹੈ ਜੀ ਕਿਹੜੇ ਵੱਲੋਂ ਜਗਰਾਓਂ ਦੀ ਟੀਮ ਵੱਲੋਂ ਨਾਨਕ ਸਰ ਦੀ ਟੀਮ ਤੇ ਇਤਰਾਜ਼ ਆਇਆ ਜੀ ਉਹ ਪ੍ਰਬੰਧਕਾਂ ਨੇ ਇਧਰ ਠੀਕ ਹੈ ਜੀ ਇਧਰ ਸਾਡੇ ਵੀਰ ਰਾਜੂ ਹੋਣੀ ਪਰਮਾਤਮਾ ਸਿੰਘ ਰਾਜੂ ਜਸਪ੍ਰੀਤ ਉਹਨਾਂ ਦੇ ਨਾਲ ਰਲ ਕੇ ਕਹਿੰਦੇ ਅੱਜ ਬੁਲਟ ਮੋਟਰਸਾਈਕਲ ਵਰਿੰਦਰ ਦੀ ਯਾਦ ਵਿੱਚ ਸਾਡੇ ਵੀਰ ਦੇ ਰਹੇ ਹੈ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਪਰ ਉਧਰ ਖੇਡ ਮੈਦਾਨ ਸਰ ਕਲੇਰਾਂ ਦੀ ਟੀਮ ਦਾ ਨੌਜਵਾਨ ਜਾਫੀ ਲਾ ਤਕੜਾ ਜੱਫਾ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਧਾ ਕਰਦਾ ਹੋਇਆ ਉਧਰ ਅਗਲੀ ਰੇਡ ਤੇ ਅਗਲੇ ਮੈਚ ਦੀਆਂ ਟੀਮਾਂ ਵੀ ਇੱਕ ਪਾਸੇ ਕੇਵਲ ਕਲੱਬ ਲੋਪੋ ਤੇ ਦੂਜੇ ਪਾਸੇ ਮੇਰੇ ਵੀਰ ਭੁੰਦੜ ਰਾਮਪੁਰੇ ਦੇ ਏਰੀਏ ਦੀ ਟੀਮ ਹੈ ਤੇ ਦੂਜੇ ਪਾਸੇ ਕਹਿੰਦੇ ਕੇਵਲ ਉਹਨਾਂ ਦਾ ਪਿੰਡ ਹੈ ਸੰਤਾ ਮਹਾਂਪੁਰਸ਼ਾਂ ਦੀ ਧਰਤੀ ਹੈ ਅਮਨ ਜਿੱਥੋਂ ਦਾ ਪ੍ਰਸਿੱਧ ਬੁਲਾਰਾ ਜਿਹੜਾ ਕੈਨੇਡਾ ਅਮਰੀਕਾ ਦੀਆਂ ਖੇਡ ਮੈਦਾਨਾਂ ਦੇ ਵਿੱਚ ਕਹਿੰਦੇ ਆਪਣੇ ਸੋਹਣੇ ਬੋਲ ਬੋਲਦਾ ਹੈ ਉੱਥੋਂ ਦੀ ਟੀਮ ਹੈ ਜਿਹੜੀ ਉਹ ਖੇਡ ਮੈਦਾਨ ਦੇ ਵਿੱਚ ਪੁੱਜੀ ਹੋਈ ਹੈ ਲਓ ਖੇਡ ਮੈਦਾਨ ਦੇ ਵਿੱਚ ਆਪਾਂ ਵੇਖੀਏ ਅਗਲੀ ਰੇਡ ਇਸ ਨੌਜਵਾਨ ਧਾਵੀ ਦੀ ਕਿ ਟੈਂਦੇ ਦੇਸ਼ ਦਾ ਜਦੋਂ ਨਹੀਂ ਸੀ ਸਾਰਾ ਕੋਈ ਪਿਤਾ ਦੇਸ਼ ਤੋਂ ਉਦੋਂ ਵਾਰਿਆ ਮੈਂ ਮਾਤਾ ਗੁਜਰੀ ਸਰਹੰਦ ਦੇ ਵਿੱਚ ਗੁਜਰੀ ਤੇ ਸਮਾਂ ਗੁਜਰਿਆ ਜਿਵੇਂ ਗੁਜ਼ਾਰਿਆ ਮੈਂ ਚਾਰ ਪੁੱਤਰ ਸੀ ਪਰਮਾਤਮਾ ਨੇ ਬਖਸ਼ੇ ਉਹ ਵੀ ਜੋੜਾ ਜੋੜਾ ਕਰਕੇ ਵਾਰਿਆ ਮੈਂ ਮੈਨੂੰ ਆਖੋ ਨਾ ਸਿੰਘੋ ਸਰਵੰਸ ਦਾਨੀ ਕਿਸ਼ਤਾ ਨਾਲ ਹੈ ਕਰਜ ਉਤਾਰਿਆ ਮੈਂ ਕਿਸ਼ਤਾ ਨਾਲ ਹੈ ਕਰਜ ਉਤਾਰਿਆ ਮੈਂ ਲਓ ਇਹ ਜਗਰਾਓਂ ਦੀ ਟੀਮ ਤੇ ਇਤਰਾਜ਼ ਆਇਆ ਜੀ ਦੋਨਾਂ ਟੀਮਾਂ ਨੇ ਇਤਰਾਜ਼ ਕਰ ਦਿੱਤਾ ਪ੍ਰਬੰਧਕ ਫੈਸਲਾ ਕਰਨਗੇ ਇਸ ਮੈਚ ਦਾ ਨਾਨਕ ਸਰ ਕਲੇਰਾਂ ਤੇ ਜਗਰਾਓਂ ਦੀਆਂ ਟੀਮਾਂ ਦੇ ਦਰਮਿਆਨ ਬਿੰਦਰੀ ਦੇ ਲਈ ਮੈਨੂੰ ਹੰਸਰੇ ਵੱਲੋਂ 100 ਰੁਪਏ ਦੇ ਮਾਨ ਸਨਮਾਨ ਜਿਹੜੇ ਹੋਰ ਪੁੱਜੇ ਹੈ ਲਓ ਪਈ ਹੋਈ ਕਬੱਡੀ ਨਾਨਕ ਸਰ ਕਲੇਰਾਂ ਦੀ ਟੀਮ ਦਾ ਇਹ ਗੱਭਰੂ ਖੇਡ ਮੈਦਾਨ ਦੇ ਵਿੱਚ ਬੋਲਦਾ ਹੋਇਆ ਧਾਵਾ ਵੇਖਦਾ ਵੀ ਚਾਹੁੰ ਦੇ ਵਿੱਚ ਹੁਣ ਨੌਜਵਾਨ ਸਿੱਖ ਸਰਦਾਰ ਜਾਫੀ ਪੂਰੀ ਕੋਸ਼ਿਸ਼ ਕਰਦਾ ਹੈ ਪਰ ਪੁਆਇੰਟ ਜਿਹੜਾ ਇਸ ਵੇਲੇ ਨਾਨਕ ਸਰ ਕਲੇਰਾਂ ਦੀ ਟੀਮ ਦੇ ਹਿੱਸੇ ਜੋੜਦਾ ਹੋਇਆ ਇਹ ਜਗਰਾਓਂ ਦੀ ਟੀਮ ਤੇ ਇਤਰਾਜ਼ ਹੈ ਜੀ ਫ੍ਰੈਂਡਜ਼ ਕਲੱਬ ਜਗਰਾਓਂ ਤੇ ਦੋਨਾਂ ਟੀਮਾਂ ਨੇ ਇਤਰਾਜ਼ ਕੀਤਾ ਜੀ ਨਾਨਕ ਸਰ ਨੇ ਜਗਰਾਓਂ ਤੇ ਜਗਰਾਓਂ ਨੇ ਨਾਨਕ ਸਰ ਤੇ ਪ੍ਰਬੰਧਕ ਫੈਸਲਾ ਕਰ ਦੇਣਗੇ ਰਾਜੂ ਨੇ ਸਾਡੇ ਵੀਰ ਇੰਚਾਰਜ ਨੇ ਕਬੱਡੀ ਦੇ ਔਰ ਜੱਗੇ ਉਹਨਾਂ ਦਾ ਸਾਰੇ ਵੀਰਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਗਲੇ ਮੈਚ ਦੀਆਂ ਦੋਨੋਂ ਟੀਮਾਂ ਤਿਆਰ ਨੇ ਤੇ ਉਸ ਤੋਂ ਅਗਲਾ ਮੈਚ ਵੀ ਰੁਪਿੰਦਰ ਜੀ ਅਨਾਊਂਸ ਕਰ ਦਿੱਤਾ ਜਾਵੇ ਕਿਹੜੀਆਂ ਟੀਮਾਂ ਦੇ ਦਰਮਿਆਨ ਖੇਡਿਆ ਜਾਣਾ ਹੈ ਹਾਂਜੀ ਖਾਤਮੇ ਕਾਦਗੀ ਦਾ ਟੂਰਨਾਮੈਂਟ ਲਈ ਸਾਨੂੰ ਹੁਣੇ ਹੀ ਮਾਈਕ ਸਹਿਤਾ ਆਈ ਆ ਸਰਦਾਰ ਬਿਆੰਤ ਸਿੰਘ ਜੀ ਪਿੰਡ ਮੂਮ ਉਹ ਸਾਨੂੰ 68ਵੇਂ ਕਾਲਗੀ ਦਾ ਟੂਰਨਾਮੈਂਟ ਲਈ ਬੇਅੰਤ ਮਾਇਆ ਦੇ ਕੇ ਗਏ ਨੇ ਅਸੀਂ ਟੂਰਨਾਮੈਂਟ ਕਮੇਟੀ ਵੱਲੋਂ
ਤੇ ਗ੍ਰਾਮ ਪੰਚਾਇਤ ਵੱਲੋਂ ਸਰਦਾਰ ਬਿਆਨ ਸਿੰਘ ਜੀ ਮੂਵ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਥੈਂਕ ਯੂ। ਉਧਰ ਹਿੰਮਤ ਸਿੰਘ ਜੀ ਸੇਖੋਂ ਉਹ ਵੀ ਕੈਨੇਡਾ ਦੇ ਵਿੱਚ ਬੈਠੇ ਮੇਰੇ ਵੀਰੋ ਕਬੱਡੀ 365.com ਦੇ ਨਾਲ ਜੁੜੇ ਹੋਏ ਹੈ ਆਪਣੇ ਸਾਥੀਆਂ ਦੇ ਨਾਲ ਆਪਣੇ ਸਮੁੱਚੇ ਪਰਿਵਾਰ ਦੇ ਨਾਲ ਅੱਜ ਦੇ 68ਵੇਂ ਕਲਗੀਰ ਦਾ ਟੂਰਨਾਮੈਂਟ ਦਾ ਆਨੰਦ ਮਾਣ ਰਹੇ ਹੈ। ਇਤਰਾਜ ਲੱਗਿਆ ਹੋਇਆ ਰਾਜੂ ਵੀਰ ਹੋਣੀ ਫੈਸਲਾ ਕਰਨਗੇ ਵੀ ਕਿਹੜੀ ਟੀਮ ਇਸ ਮੈਚ ਦੇ ਵਿੱਚ ਜੇਤੂ ਰਹੀ ਹੈ। ਰਾਜੂ ਜੀ ਸਾਡੇ ਪ੍ਰਮਾਤਮਾ ਸਿੰਘ ਜੀ ਰਾਜੂ ਇਸ ਕਬੱਡੀ ਦੀ ਗਰਾਊਂਡ ਦੇ ਇੰਚਾਰਜ ਨੇ ਔਰ ਅਗਲੇ ਮੈਚ ਦੀਆਂ ਟੀਮਾਂ ਭੁੰਦੜ ਤੇ ਕੇਬਲ ਕਲੱਬ ਲੋਪੋ ਉਸ ਤੋਂ ਬਾਅਦ ਨਕੋਦਰ ਤੇ ਚੰਦੜ ਕਲਾਂ ਉਸ ਤੋਂ ਬਾਅਦ ਬੁਰਜ ਹਰੀ ਤੇ ਸੇਖਾਂ ਬਾਬਾ ਨਾਰਾਇਣ ਦਾਸ ਕਲੱਬ ਮੀਨੀਆਂ ਤੇ ਬੱਸੀਆਂ ਦੀਆਂ ਟੀਮਾਂ ਦੇ ਦਰਮਿਆਨ ਜਿਹੜਾ ਉਸ ਤੋਂ ਅਗਲੇ ਸਾਰੇ ਮੁਕਾਬਲੇ ਅਸੀਂ ਅਨਾਊਂਸ ਕਰ ਦਿੱਤੇ ਹੈ। ਇਹ ਟੀਮਾਂ ਸਮੇਂ ਸਿਰ ਗਰਾਊਂਡ ਦੇ ਵਿੱਚ ਪੁੱਜ ਜਾਣੀਆਂ ਚਾਹੀਦੀਆਂ। ਲਓ ਇਸ ਲਈ ਜਿਹੜਾ ਮੈਚ ਸ਼ੁਰੂ ਹੋਣ ਜਾ ਰਿਹਾ ਹੈ ਇੱਕ ਪਾਸੇ ਜ਼ਿਲ੍ਹੇ ਬਠਿੰਡੇ ਦੇ ਰਾਮਪੁਰੇ ਦੇ ਇਲਾਕੇ ਦੀ ਟੀਮ ਭੁੰਦੜ ਦੀ ਟੀਮ ਜਿਹੜੀ ਫੁੱਟਬਾਲ ਦੇ ਖੇਡ ਗਰਾਊਂਡ ਵਾਲੀ ਸਾਈਡ ਹੈ ਤੇ ਦੂਸਰੇ ਪਾਸੇ ਮਹਾਨ ਕਬੱਡੀ ਖਿਡਾਰੀ ਕੇਵਲ ਲੋਪੋ ਦੀ ਯਾਦ ਦੇ ਵਿੱਚ ਬਣੀ ਹੋਈ ਟੀਮ ਕੇਵਲ ਕਲੱਬ ਲੋਪੋ ਦੀ ਦੋਨੋਂ ਟੀਮਾਂ ਦੇ ਦਰਮਿਆਨ ਮੈਚ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਉਧਰ ਯੂਐਸਏ ਕੈਨੇਡਾ ਆਸਟ੍ਰੇਲੀਆ ਦੇ ਵਿੱਚ ਬੈਠੇ ਸਾਡੇ ਵੀਰ ਅੱਜ ਦੇ ਇਸ ਕਬੱਡੀ ਕੱਪ ਦਾ ਆਨੰਦ ਮਾਣ ਰਹੇ ਹੈ। ਸਾਰੇ ਵੀਰਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਲਓ ਪਹਿਲੀ ਕਬੱਡੀ ਇਸ ਮੈਚ ਦੀ ਲੋਪੋ ਪਿੰਡ ਵਾਲਾ ਨੌਜਵਾਨ ਜੋਤੀ ਪਾਉਣ ਦੇ ਲਈ ਤਿਆਰ ਹੈ। ਜੋਤੀ ਲੋਪੋ ਵਾਲੇ ਦੀ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਕਬੱਡੀ ਜਿਹੜੀ ਪੈ ਚੁੱਕੀ ਹੈ। ਇੱਕ ਪਾਸੇ ਗੱਗੀ ਮੱਲੇ ਵਾਲਾ ਹੈ, ਦੂਜੇ ਪਾਸੇ ਕਹਿੰਦੇ ਗੁੱਟ ਦਾ ਬੜਾ ਤਕੜਾ ਫੜਾਕ ਮੰਨਿਆ ਜਾਂਦਾ ਹੈ। ਇਸ ਵਾਰ ਪਹਿਲੀ ਵਾਰ ਕੈਨੇਡਾ ਦੇ ਖੇਡ ਮੈਦਾਨਾਂ ਦੇ ਵਿੱਚ ਖੇਡਿਆ, ਕੀਪਾ ਭੁੰਦੜ ਵਾਲਾ ਵੇਖਦਾ ਹੈ ਵੀ ਜੋਤੀ ਨੂੰ ਡੱਕ ਪਾਊ ਕਿ ਨਹੀਂ। ਹੁਣ ਚਾਰਾਂ ਦੇ ਵਿੱਚੋਂ ਕੀਪੇ ਭੁੰਦੜ ਵਾਲੇ ਦੇ ਨਾਲ ਮੁਕਾਬਲਾ ਹੋ ਚੁੱਕਿਆ ਹੈ, ਮੁਕਾਬਲਾ ਸਖਤ ਹੈ, ਲੱਗਿਆ ਪਿਆ ਚੋਰ ਹੈ, ਭਰੀਆਂ ਹੋਈਆਂ ਬਗਲਾਂ ਤੇ ਪੁਆਇੰਟ ਭੁੰਦੜ ਦੀ ਟੀਮ ਦੇ ਹਿੱਸੇ ਜਾ ਜੁੜਿਆ। ਪੁਆਇੰਟ ਮੇਰੇ ਵੀਰੋ ਇਸ ਕੀਪੇ ਭੁੰਦੜ ਵਾਲੇ ਨੇ ਆਪਣੀ ਟੀਮ ਦੇ ਲਈ ਜਾ ਜੁੜਿਆ। ਹਾਂਜੀ ਬਿੱਲਾ ਕਬੱਡੀ ਰੈਫਰੀ ਉਹ ਸਟੇਜ ਤੇ ਪਹੁੰਚਣ ਜੀ, ਬਿੱਲਾ ਗਾਰਵ ਤੋਂ ਕਬੱਡੀ ਰੈਫਰੀ ਉਹ ਸਟੇਜ ਤੇ ਆਉਣ ਜੀ, ਧੰਨਵਾਦ ਜੀ। ਲਓ ਜੱਗੀ ਭੁੰਦੜ ਵਾਲਾ ਮੇਰੇ ਵੀਰੋ ਇਸ ਵੇਲੇ ਕਬੱਡੀ ਪਾ ਰਿਹਾ। ਭੁੰਦੜ ਕਹਿੰਦੇ ਰਾਮਪੁਰੇ ਦੇ ਏਰੀਏ ਦਾ ਪਿੰਡ ਹੈ, ਸਰਦਾਰ ਗੁਰਮੀਤ ਸਿੰਘ ਘੁਮਾਣ ਦਾ ਚੌਹਾਨ ਦਾ ਪਿੰਡ ਹੈ ਜੋ ਐਸ ਐਸ ਪੀ ਨੇ ਮੇਰੇ ਵੀਰੋ ਪਟਿਆਲੇ ਦੇ ਵਿੱਚ। ਲਓ ਦੂਜੇ ਪਾਸੇ ਆਪਾਂ ਵੇਖੀਏ ਨੌਜਵਾਨ ਧਾਵੀ ਨਾਲ ਕਹਿੰਦੇ ਗਬਰੂ ਭੀਰੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਮੇਰੇ ਵੀਰੋ। ਲੋਪੋ ਪਿੰਡ ਜਿਵੇਂ ਪਹਿਲਾਂ ਦੱਸਿਆ ਗਿਆ ਵੀ ਸੰਤਾਂ ਮਹਾਂਪੁਰਸ਼ਾਂ ਦਾ ਪਿੰਡ ਹੈ, ਦੁਨੀਆਂ ਦੇ ਮਹਾਨ ਕਬੱਡੀ ਖਿਡਾਰੀ। ਹਾਂਜੀ ਸਰਦਾਰ ਬਲਜਿੰਦਰ ਸਿੰਘ ਜੀ ਕੈਨੇਡਾ ਜੇਈ ਸਾਹਿਬ ਉਹ ਵੀ ਸਾਡੇ ਵਿੱਚ ਹੁਣੇ ਹੁਣੇ ਪਹੁੰਚੇ ਨੇ, ਉਹਨਾਂ ਦਾ ਇੱਥੇ ਪਹੁੰਚਣ ਤੇ ਟੂਰਨਾਮੈਂਟ ਕਮੇਟੀ ਵੱਲੋਂ ਤੇ ਗ੍ਰਾਮ ਪੰਚਾਇਤ ਵੱਲੋਂ ਧੰਨਵਾਦ ਕੀਤਾ ਜਾਂਦਾ ਜੀ। ਅਗਲੇ ਮੈਚ ਦੀਆਂ ਟੀਮਾਂ ਬਿੱਲੂ ਪ੍ਰਧਾਨ ਨੂੰ ਬੇਨਤੀ ਆ ਕੇ ਉਹ ਸਟੇਜ ਤੇ ਆਉਣ ਜੀ, ਬਲਵਿੰਦਰ ਸਿੰਘ ਜੀ ਪ੍ਰਧਾਨ ਉਹ ਸਟੇਜ ਤੇ ਆਉਣ ਜੀ। ਚੰਦੜ ਕਲਾਂ ਤੇ ਨਕੋਦਰ ਦੀਆਂ ਟੀਮਾਂ ਜਿਹੜੀਆਂ ਜਲਦੀ ਦੇ ਨਾਲ ਗਰਾਊਂਡ ਦੇ ਵੱਲ ਆ ਜਾਣ, ਚੰਦੜ ਕਲਾਂ ਤੇ ਨਕੋਦਰ ਦੀਆਂ ਟੀਮਾਂ। ਆਹ ਖਿਡਾਰੀ ਕਦੇ ਕਹਿੰਦੇ ਪੰਜਾਬ ਦੇ ਖੇਡ ਮੈਦਾਨਾਂ ਵਿੱਚ ਬਾਜੇਖਾਨੇ ਦੀ ਹਰਜੀਤ ਕਲੱਬ ਦੇ ਲਈ ਖੇਡਿਆ, ਕਦੇ ਕਹਿੰਦੇ ਟੋਰਾਂਟੋ ਦੇ ਵਿੱਚ ਮੈਟਰੋ ਦੀ ਖੇਡ ਕਲੱਬ ਦੇ ਲਈ। ਲਓ ਹੈਪੀ ਮਾਣੂ ਕੇ ਸੰਧੂਆਂ ਵਾਲਾ ਮੇਰੇ ਵੀਰ ਇਸ ਵੇਲੇ ਕਬੱਡੀ ਪਾ ਰਿਹਾ ਤੇ ਡੱਕਿਆ ਗਿਆ। ਵੱਜ ਗਈ ਕੈਂਚੀ ਨੌਜਵਾਨ ਰਵੀ ਮੇਰੇ ਵੀਰ ਲੋਪੋ ਪਿੰਡ ਦਾ ਲਾਹ ਤਕੜਾ ਜੱਫਾ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਧਾ ਕਰ ਰਿਹਾ ਹੈ। ਪੁਆਇੰਟ ਕੇਵਲ ਕਲੱਬ ਲੋਪੋ ਦੇ ਹਿੱਸੇ ਜਾ ਜੁੜਿਆ। ਅਗਲੀ ਰੇਡ ਤੇ ਗੱਲ ਕਰੇਗਾ ਅਮਨ ਲੋਪੋ ਵਾਲਾ ਮੇਰੇ ਵੀਰ। ਲਾਓ ਇਸ ਲਈ ਪਈ ਹੋਈ ਇਸ ਨੌਜਵਾਨ ਦੀ ਕਬੱਡੀ ਤੇ ਇੱਕ ਪਾਸੇ ਕੀਪਾ ਭੁੰਦੜ ਵਾਲਾ ਦੁਨੀਆਂ ਦਾ ਮਸ਼ਹੂਰ ਜਾਫੀ ਹੈ, ਇਸ ਨੌਜਵਾਨ ਦਾ ਮੱਲਾ ਪਿੰਡ ਹੈ ਮੇਰੇ ਵੀਰੋ ਗੱਗੀ ਪਿੰਡ ਨਾਂ ਦਾ ਇਹ ਕਬੱਡੀ ਦਾ ਮਸ਼ਹੂਰ ਜਾਫੀ ਹਰਜੀਤ ਤਲਵਾਰ ਕਬੱਡੀ ਕਲੱਬ ਜਗਰਾਉਂ ਦੇ ਲਈ ਖੇਡਦਾ ਪੰਜਾਬ ਦੇ ਕਬੱਡੀ ਕੱਪਾਂ ਦੇ। ਲਓ ਗੱਗੀ ਮੱਲੇ ਵਾਲਾ ਇਸ ਵੇਲੇ ਹੰਦਾਂ ਦੇ ਦਰਮਿਆਨ ਵੱਜੀ ਹੋਈ ਕੈਂਚੀ, ਮਿੱਤਰੋ ਮਾਰ ਦੋ ਤਾੜੀਆਂ।
ਫੌਜੀ ਦਾ ਜੱਗੀ ਨੇ ਤਕੜਾ ਜਫਾ ਲਾ ਕੇ ਪਾਂਡ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਜੱਗੀ ਭੋਦੜ ਦਾ ਕਹਿੰਦੇ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਖੇਡ ਮੈਦਾਨ ਦੇ ਵਿੱਚ ਵਧਾ ਹੋਇਆ ਜੱਗੀ ਭੋਦੜ ਵਾਲੇ ਦੀ ਪਈ ਹੋਈ ਕਬੱਡੀ ਤੇ ਹੁਣ ਚਾਹ ਦੇ ਵਿੱਚ ਵੇਖਦਾ ਵੀ ਨੌਜਨ ਗੱਭਰੂ ਨੇ ਨਿੰਮੀ ਨੇ ਪੂਰੀ ਕੋਸ਼ਿਸ਼ ਕੀਤੀ ਹੈ ਪਰ ਜੱਗੀ ਨੇ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਕਿ ਲੱਥ ਜਾਂਦੀ ਭੁੱਖ ਦੇ ਇੱਕ ਗੁੰਦੇ ਹੋਏ ਸਰੀਰਾਂ ਨੂੰ ਚੁੰਮਦੀ ਹੈ ਜਿੱਤ ਪਰ ਆਣ ਕੇ ਹੀਰਾਂ ਨੂੰ ਵੇਟ ਮਾਰਦੇ ਜਿਮਾਂ ਦੇ ਵਿੱਚ ਜਾ ਕੇ ਤੇ ਹੋਰ ਮਜ਼ਬੂਤ ਅੱਡੀਆਂ ਕਰਦੇ ਮਿਹਨਤਾਂ ਖੁਰਾਕਾਂ ਖਾ ਕੇ ਖੁੱਲੀਆਂ ਤੇ ਮਾਰਦੇ ਆ ਮੱਲਾਂ ਵੱਡੀਆਂ ਵੱਡੀਆਂ ਮੱਲਾਂ ਮਾਰਦੇ ਆ ਜੋਤੀ ਦੀ ਪਈ ਹੋਈ ਕਬੱਡੀ ਤੇ ਰੁਪਿੰਦਰ ਜਲਾਲ ਪਿੰਡ ਵਾਲਾ ਗੱਲ ਕਰਦਾ ਹੋਇਆ ਮੇਰੇ ਵੀਰਿਓ ਇੱਕ ਪਾਸੇ ਜੋਤੀ ਲੋਪੋ ਵਾਲਾ ਨੌਜਵਾਨ ਕਿ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਲੋਪੋ ਲੋਪੋ ਦਾ ਇੱਕ ਗੱਗੀ ਸੁਣੀ ਦਾ ਗੱਲ ਸੁਣ ਲਓ ਮੇਰੀ ਲੋਪੋ ਸ਼ੇਰਾਂ ਵਰਗੀ ਝਪਟ ਮਾਰ ਕੇ ਕੈਂਚੀ ਲਾਉਂਦਾ ਭਾਰੀ ਸੋਹਣੇ ਚੋਬਰ ਨੂੰ ਦੁਨੀਆ ਜਾਣਦੀ ਸਾਰੀ ਹਾਂਜੀ ਇਹ ਸ਼ੇਰ ਇੱਕ ਮਿੰਟ ਜੀ ਸਾਡੇ ਜਿਹੜੇ ਚਾਰ ਦਿਨ ਤੋਂ ਹਾਕੀ ਦੇ ਮੈਚ ਹੋਏ ਸੀ ਜੋ ਉਹਨਾਂ ਚੋਂ ਅਸੀਂ ਬੈਸਟ ਪਲੇਅਰ ਚੁਣਿਆ ਉਹ ਹੈ ਜਨ ਸਿੰਘ ਜੀ ਜਾਂਟਾ ਪਿੰਡ ਦਖਾਣਵਾਦ ਮੋਗਾ ਉਹਨਾਂ ਨੂੰ ਸਾਈਕਲ ਦੇ ਕੇ ਸਨਮਾਨਿਤ ਕਰਨਾ ਜੀ ਸਰਦਾਰ ਗੁਰਜਨ ਸਿੰਘ ਜੀ ਜਾਂਟਾ ਪਿੰਡ ਦਖਾਣਵਾਦ ਮੋਗਾ ਉਹ ਹੁਣ ਜੀ ਆਪਣਾ ਸਨਮਾਨ ਹਾਸਲ ਕਰ ਜੀ ਸਰਦਾਰ ਗੁਰਜਨ ਸਿੰਘ ਜੀ ਜਾਂਟਾ ਉਧਰ ਮਾਰ ਦੇ ਕੇ ਦੇ ਦੌਦਰ ਦੀਆਂ ਟੀਮਾਂ ਦਾ ਜੋ ਹਾਕੀ ਦਾ ਫਾਈਨਲ ਮੈਚ ਰਾਜੂ ਜੀ ਦੱਸ ਰਹੇ ਨੇ ਵੀ 4 ਵਜੇ ਫਾਈਨਲ ਮੈਚ ਹੋਵੇਗਾ ਹਾਕੀ ਦਾ ਫਾਈਨਲ ਮੈਚ ਮਾਰ ਦੇ ਕੇ ਦੇ ਦੌਦਰ ਦੀਆਂ ਟੀਮਾਂ ਦੇ ਦਰਮਿਆਨ 4 ਵਜੇ ਜਿਹੜਾ ਫਾਈਨਲ ਮੈਚ ਹਾਕੀ ਦਾ ਖੇਡਿਆ ਜਾਵੇਗਾ ਜੱਗੀ ਭੋਦੜ ਵਾਲਾ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਇਸ ਲਈ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਉਧਰ ਮੰਨੂ ਆਸਟ੍ਰੇਲੀਆ ਵਾਲਾ ਉਹ ਵੀ ਮੇਰੇ ਵੀਰੋ ਆਸਟ੍ਰੇਲੀਆ ਦੇ ਵਿੱਚ ਬੈਠਾ ਕਬੱਡੀ 365.com ਦੇ ਨਾਲ ਜੁੜਿਆ ਹੋਇਆ ਕਿ ਜਿਉਂਦੇ ਰਹਿਣ ਸਿਲਵਰਾ ਦੇ ਯਾਰ ਕਬੱਡੀ ਪੰਚਾਇਤੀ ਵਿੱਚ ਸੰਸਾਰ ਕੰਮ ਕਰ ਕੇ ਦੁਨੀਆ ਤੇ ਕੈਂਟ ਬਣਾ ਕੇ ਵੈਬਸਾਈਟ 365 ਲੌਕ ਕੀਤਾ ਹੋਇਆ ਕੰਮ ਕੈਂਟ ਤੇ ਨੌਜਵਾਨ ਜੰਟਾ ਲੋਪੋ ਪਿੰਡ ਵਾਲਾ ਲਾ ਤਕੜਾ ਜਫਾ ਆਪਣੀ ਟੀਮ ਦੇ ਹਿੱਸੇ ਲੱਖਾਂ ਜਿਹਾ ਪੁਆਇੰਟ ਜੋੜਦਾ ਹੋਇਆ ਪਈ ਹੋਈ ਇਸ ਗੱਭਰੂ ਦੀ ਕਬੱਡੀ ਤੇ ਹੁਣ ਵੇਖਦਾ ਵੀ ਭੋਦੜ ਵਾਲਾ ਗੁੱਟ ਰੁੱਟੜ ਕੇ ਲਾਊ ਜਫਾ ਪਿਛਲੇ ਸਾਲ ਕਹਿੰਦੇ ਲਗਾਤਾਰ 5 ਕੱਪਾਂ ਦਾ ਵੈਸਟਰਨ ਦਾ ਮਾਣ ਪ੍ਰਾਪਤ ਹੈ ਕੀਪਾ ਭੋਦੜ ਦਾ ਕਹਿੰਦੇ ਕੈਨੇਡਾ ਵੀ ਖੇਡ ਆਇਆ ਤੇ ਲਾਊ ਸਾਹਮਣੇ ਜਾਫੀ ਇਸ ਲਈ ਪੂਰੀ ਕੋਸ਼ਿਸ਼ ਕਰਦਾ ਹੈ ਪਰ ਸਫਲਤਾ ਧਾਵੀ ਦੇ ਕਦਮ ਚੁੰਮ ਰਹੀ ਹੈ ਹੈਪੀ ਮਾਣੂ ਕੇ ਸੰਧੂਆਂ ਵਾਲਾ ਸੁੱਕੇ ਭੁੱਲਰ ਉਹਨਾਂ ਦਾ ਪਿੰਡ ਹੈ ਧੀਰੇ ਉਹਨਾਂ ਦਾ ਇਹ ਰਿੰਡ ਓਸ਼ੀਆਲੈਂਡ ਦੀ ਗੱਲ ਹੈ ਮੇਰੇ ਵੀਰੋ ਟੋਰਾਂਟੋ ਦੇ ਵਿੱਚ ਵੱਡੇ ਬਿਜ਼ਨਸ ਨੇ ਅੱਜ ਦੇ ਕਬੱਡੀ ਕੱਪ ਦੇ ਲਈ ਵੀ ਉਹਨਾਂ ਦੇ ਵੱਡੇ ਯੋਗਦਾਨ ਹੈ ਹੈਪੀ ਦੀ ਪਈ ਹੋਈ ਕਬੱਡੀ ਤੇ ਕੌਣ ਜਫਾ ਲਾਉਂਦਾ ਲਓ ਪਈ ਹੋਈ ਇਸ ਨੌਜਵਾਨ ਦੀ ਕਬੱਡੀ ਤੇ ਰਵੀ ਦੇ ਮੇਰੇ ਵੀਰੋ ਪੂਰੀ ਕੋਸ਼ਿਸ਼ ਕਰਦਾ ਹੋਇਆ ਮੁਕਾਬਲਾ ਸਖਤ ਹੈ ਦੋਨੋਂ ਕਬੱਡੀ ਖਿਡਾਰੀਆਂ ਦੇ ਦਰਮਿਆਨ ਲੋਪੋ ਵਾਲਾ ਨੌਜਵਾਨ ਰਵੀ ਇਸ ਲਈ ਲਾ ਜਫਾ ਆਪਣੀ ਟੀਮ ਦੇ ਹਿੱਸੇ ਲੱਖਾਂ ਜਿਹਾ ਪੁਆਇੰਟ ਜੋੜਦਾ ਹੋਇਆ ਅਗਲੀ ਰੇਡ ਕਹਿੰਦੇ ਜੋਤੀ ਨੇ ਪੀਤਾ ਪਾਣੀ ਦਾ ਘੁੱਟ ਤੇ ਅਗਲੀ ਰੇਡ ਪਾਉਣ ਦੇ ਲਈ ਖੇਡ ਮੈਦਾਨ ਵਿੱਚ ਮੇਰੇ ਵੀਰੋ ਵਾਧਾ ਹੋਇਆ ਉਧਰ ਕਹਿੰਦੇ ਮੇਨ ਸੜਕ ਤੋਂ ਜਾ ਰਹੇ ਰਾਹਗੀਰ ਵੀ ਦੇਖ ਰਿਹਾ ਵੀ ਕਮਾਲਪੁਰੇ ਦੀ ਜਿਹੜੀਆਂ 68ਵੀਆਂ ਖੇਡਾਂ ਉਹ ਚੱਲ ਰਹੀਆਂ ਕਲਗੀ ਦਾ ਟੂਰਨਾਮੈਂਟ ਹੈ ਮੇਰੇ ਵੀਰੋ ਪੂਰੀ ਦੁਨੀਆ ਦੇ ਵਿੱਚ ਨਾਮ ਹੈ ਹਰ ਇੱਕ ਖਿਡਾਰੀ ਖੇਡਿਆ ਜਿਹੜਾ ਸਮੇਂ ਦਾ ਸਟਾਰ ਹੈ ਕਿ ਲੜ ਲੱਗ ਗੁਰੂ ਦੇ ਦਾਅ ਵਿੱਚ ਸਿੱਖਣੇ ਪੈਂਦੇ ਨੇ ਰਹਿਣਾ ਪੈਂਦਾ ਉਹਨਾਂ ਅਸੂਲਾਂ ਦੇ ਵਿੱਚ ਜਿਹੜੇ ਕੋਚ ਉਹ ਕਹਿੰਦੇ ਨੇ ਜ਼ਰੂਰੀ ਹੈ ਖਿਡਾਰੀ ਦੀ ਨਿਮਰਤਾ ਯਾਰ ਮਿੱਤਰੋ ਬਣਨਾ ਸੌਖਾ ਨਹੀਂ ਕਬੱਡੀ ਦਾ ਸਟਾਰ ਮਿੱਤਰੋ ਬਣਨਾ ਸੌਖਾ ਨਹੀਂ ਕਬੱਡੀ ਦਾ ਸਟਾਰ ਮਿੱਤਰੋ ਜਿਹੜੇ ਸਟਾਰ ਬਣ ਗਏ ਨੇ ਉਹਨਾਂ ਨੂੰ ਪਤਾ ਵੀ ਕਿਵੇਂ ਕਿੰਨਾ ਔਖਾ ਹੈ ਸਟਾਰ ਬਣਨਾ ਮੇਰੇ ਵੀਰੋ ਇੱਕ ਪਾਸੇ ਹਰ ਲੋਪੋ ਪਿੰਡ ਦਾ ਤੇ ਦੂਜੇ ਪਾਸੇ ਜੱਗੀ ਭੁੰਦੜ ਦਾ ਮੇਰੇ ਵੀਰੋ ਵਿਅਕਤੀਗਤ ਗੇਮਾਂ ਜਿਹੜੀਆਂ ਪ੍ਰਧਾਨ ਸਾਹਿਬ ਕਹਿੰਦੇ ਬਿਲਕੁਲ ਬੰਦ ਹੈ ਕੋਈ ਵੀ ਜਿਹੜੀ ਵਿਅਕਤੀਗਤ ਗੇਮ ਹੈ ਉਹ ਨਹੀਂ ਕਰਵਾਈ ਜਾਣੀ ਇਹ ਪ੍ਰਬੰਧਕ ਕਮੇਟੀ ਵੱਲੋਂ ਮੇਰੇ ਵੀਰੋ ਹੁਕਮ ਹੋ ਚੁੱਕਿਆ ਹੈ ਵੀ ਵਿਅਕਤੀਗਤ ਗੇਮ ਹੈ ਜਿਹੜੀ ਉਹ ਕੋਈ ਵੀ ਨਹੀਂ ਹੋਵੇਗੀ ਅਗਲੇ ਮੈਚ ਦੀਆਂ ਟੀਮਾਂ ਨਕੋਦਰ ਜਲਦੀ ਦੇ ਨਾਲ ਗਰਾਊਂਡ ਦੇ ਵਿੱਚ ਪਹੁੰਚੇ ਨਕੋਦਰ ਦੀ ਟੀਮ ਚੰਦਨ ਕਲਾਂ ਦੀ ਟੀਮ ਪਹੁੰਚੀ ਹੋਈ ਹੈ ਨਕੋਦਰ ਦੀ ਟੀਮ ਨੂੰ ਮੇਰੀ ਬੇਨਤੀ ਹੈ ਵੀ ਉਹ ਬਿਨਾਂ ਕਿਸੇ ਦੇਰੀ ਤੇ ਗਰਾਊਂਡ ਦੇ ਵਿੱਚ ਆ ਜਾਏ ਬੁਰਜ ਹਰੀ ਸਿੰਘ ਤੇ ਸੇਖਾ ਬਾਬਾ ਨਾਰਾਇਣ ਦਾਸ ਕਲੱਬ ਮੀਨੀਆਂ ਤੇ ਬੱਸੀਆਂ ਇਹ ਟੀਮਾਂ ਜਿਹੜੀਆਂ ਜਲਦੀ ਦੇ ਨਾਲ ਗਰਾਊਂਡ ਦੇ ਬੁਲਾਉਣ ਲਓ ਹੈਪੀ ਮਾਣੂ ਕੇ ਸੰਧੂਆਂ ਵਾਲਾ ਮੇਰੇ ਵੀਰੋ ਮਾਣੂ ਕੇ ਸੰਧੂ ਇੱਥੋਂ ਲਾਗਲਾ ਪਿੰਡ ਹੈ ਬੜਾ ਮਸ਼ਹੂਰ ਹੈ ਇੱਕ ਮਾਣੂ ਕੇ ਗਿੱਲ ਹੈ ਕਹਿੰਦੇ ਮੰਡੀ ਨਿਹਾਲ ਸਿੰਘ ਵਾਲੇ ਦੇ ਲਾਗੇ ਜਿੱਥੋਂ ਦੇ ਕਹਿੰਦੇ ਜੀਵਨ ਦੀਆਂ ਗੱਲਾਂ ਭੀਮ ਉਹਨਾਂ ਦੀਆਂ ਲਾਡੀ ਉਹਨਾਂ ਦੀਆਂ ਕਾਬਲ ਗਿੱਲ ਕਬੱਡੀ ਦਾ ਮਹਾਨ ਪ੍ਰਮੋਟਰ ਹੈ ਲਓ ਖੇਡ ਮੈਦਾਨ ਦੇ ਵਿੱਚ ਦੇਖੀਏ ਇਹ ਮਾਣੂ ਕੇ ਸੰਧੂਆਂ ਵਾਲਾ ਨੌਜਵਾਨ ਕਬੱਡੀ ਪਾ ਕੇ ਇਸ ਦੇ ਨਾਲ ਹੀ ਮੈਚ ਸਮਾਪਤ ਭੁੰਦੜ ਦੀ ਟੀਮ ਇਸ ਮੈਚ ਦੇ ਵਿੱਚੋਂ ਨੋਟ ਕਰ ਲਿਓ ਜੀ ਜੇਤੂ ਰਹੀ ਹੈ ਭੁੰਦੜ ਦੀ ਟੀਮ ਇਸ ਮੈਚ ਦੀ ਜੇਤੂ ਟੀਮ ਰਹੀ ਹੈ ਸਾਰੇ ਦਰਸ਼ਕ ਵੀਰ ਐਨ ਬਸ ਸੋਹਣਾ
16 दूना 32 कलगीता टूर्नामेंट प्रबंधक कमेटी का इस गल तो धन्यवाद है भी जिन्होंने टाइम सिर कबड्डी ओपन के मैच शुरू किए हैं, जिन्होंने सिर्फ 32 टीम आज के इस टूर्नामेंट के विच एंटर कीती हैं और टाइम सिर शुरू होके आज का टूर्नामेंट है जिहड़ा टाइम सिर समाप्त होना है, ये वड्डी गल है। रूल फॉर रेगुलेशन जिहड़े डिसिप्लिन है इस टूर्नामेंट के मेरे वीरों देखने को मिल रहा है, बड़ा मन खुश होया है। एन दर्शक वीर कोई मेरा ख्याल है भी जिहड़ा दर्शक है वह औखा नहीं बैठा, जिहड़े हाकी वाली ग्राउंड वाली साइड खड़े है उन्होंने साड़ी बेनती है भी थोड़े रैले हो जाओ और पिछे भी थोड़ा ध्यान रखियो, कई बार बाल ना आ जाए तुहाडे वज ना जाए किसी भी वीर का नुकसान ना हो जाए, क्योंकि सानू तुहाडा बहुत फिक्र रहिंदा है, तुसी कबड्डी नू प्यार करदे हो, तुहाडे करके ये कबड्डी है, ये मालवे की धरती दे इकट्ठ हुंदे है, दुआबे माझे दे विच इकट्ठ नहीं हुंदे, ये मालवे की धरती हुई है जिथे वड्डे इकट्ठ हुंदे है। मेरे वीरो सारिआं दा बहुत बहुत धन्नवाद है। 32 टीमां और जिहड़ा हुण मैच शुरू होण जा रिहा है नकोदर ते चंदड़कलां, नकोदर आई नहीं जी, नकोदर की टीम आ गई, ठीक है जी। बुरज हरी सिंह ते सेखा, बाबा नारायण दास क्लब मीनिया ते बसियां, कोड़ करोड़ ते काला बोला, मलक ते दड़बा, ये 16 मैच जिहड़े पहले राउंड दे खेडे जाणगे, बाकी फिर आपां जिहड़े दूजे राउंड दे मैच करवावांगे। सारियां टीमां दा बहुत बहुत धन्नवाद। उस तो बाद 75 दा फाइनल करवावांगे जी, इस राउंड तो बाद 75 किलो का फाइनल मैच। हाँ जी, 68वें कलगीता टूर्नामेंट लई सानू हुणे हुणे माइक सैट आई आ अरविंदर सिंह जी बीला आस्ट्रेलिया ते सोनी बीला आस्ट्रेलिया जी, इन्हां वल्लों साडे श्री गुरिंदर गिंदी जी ने उद्दम सदका सानू ये 68वें कलगीता टूर्नामेंट लई माइक सैट आई आ, असीं जिथे इन्हां दोनों अरविंदर बीला दा ते सोनी बीला दा जी आया आखदे आ ते थैंक यू आखदे आ, इत्थे ही नाल ही गिंदी जी दा भी थैंक यू करदे आ जी, धन्नवाद जी। चंद्र दी टीम इधर हाकी दे ग्राउंड वाली साइड है ते दूसरे पासे नकोदर दी टीम, दोनों टीमों के दरमियान मैच की शुरुआत हो चुकी है। सोनी देर के पिंड वाला मेरे वीर उसने चंद्र की टीम वालों नौजवान अपनी टीम के हिस्से लखा जा पॉइंट जोड़ता हुआ, नकोदर शहर महान कुड़े दुआबे की जिंद याद कुड़े जिथे वसदा यार संघेड़ा नी, ना मारिया कमालपुरे गेड़ा नी, ना सामने कमालपुरे दे विच अज खिलाड़ी खेडण दे लई पुज्जे होए आ मेरे वीरो, ते सामने पॉइंट धावी ने नकोदर वाले ने अपनी टीम लई जोड़ दिता है। हरप्रीत सिंह देड़कियां तो 100 रुपया सोनी देड़के दे लई बंटी, कमालपुरा उन्हां वल्लों भी 100-100 रुपये के मान सम्मान जिहड़े सोनी देड़के वाले दे लई, ये समरा साहब नोट कर लो देड़के वाले सोनी दे, जिथे अज कबड्डी है जिहड़ी मेरे पंजाबी वीरो कदे पंजाब दी खेड सी, पर अज इंद्र सिंह जी लखू के ओह आ के बलविंदर सिंह प्रधान उन्हां दे नाल संपर्क कर लैण, इधर दौदर दा वरिंदर डिप्पी बुरज हरी दा गुरप्रीत वर्गे मेरे वीरो कबड्डी दे स्टार खिलाड़ी जिहड़े अपनी टीम नूं लैके खेड मैदान दे विच पुज चुके हैं, भैणी बड़िंग दा नोना, दुनिया दे मन्ने परमन्ने खिलाड़ियों की गल होनी है अज इस खेड मैदान दे विच, बुलट मोटरसाइकिल दित्ते जाने हैं, बुलट मोटरसाइकिल किसी गल नहीं जितते जाणगे मेरे वीरो, ऐन जवानियां दे तान लगन वाली गल होनी है। अगले राउंड दे विच सिरे दी कबड्डी जिहड़ी देखण नूं मिली इस खेड स्टेडियम दे विच, दुनिया दे स्टार खिलाड़ी अज कलगी धर खेड मेला खेडण लई पुज्जे है, सोनी नौजवान देड़के पिंड वाला कबड्डी पाउण दे लई खेड मैदान दे विच वधा होया, नकोदर दी टीम दे चार जाफियां विचों हुण वेखणा भी किहड़ा नौजवान ला के जफा अपनी टीम लई लखा जा पॉइंट जोड़ता होया, फड़िया होया लक मित्रों और फौजी का इशारा भी ये पान जिहड़ा नौजवान जाफी ने अपनी टीम दे लई जोड़ दिता है कि मारन डंड ते चकड़ वेट वजे ना किसे दे सट फेट, दौलिया ते पवन टैटू कीते शेर मालका,
खेड कबड्डी उत्ते रखी तू मेर मालका, खेड कबड्डी उत्ते रखी तू मेर मालका। चोलदे हुए झंडे और पैंदी हुई कबड्डी मित्रों, आज चौं जाफिया विचों चंद्र दी टीम दा नौजवान लग्या हो लत्ती, वेखदा भी बजदी हुई कैंची की फैसला होंदा इस पॉइंट दा। लाओ सामने नौजवान इसलिए पूरी कोशिश कर रहा है इस नौजवान नूं अपने टीम दे लई पॉइंट जोड़ने लई। सिद्धमा वाले गुलजार महान कबड्डी खिडारी दी मासी दा पुत्र लगत लई बिल्ला गालब वाला फैसला करदा भी ये पॉइंट जाफी दा। बिल्ले तिहाड़े वाले ने कहंदे अगली कबड्डी पा दित्ती है। उधर ग्यारी सरपंच ढोडी के उन्हां दा सी फिर तो धन्नवाद करदे हां जिन्हां ने ढोडी के दे विच भी वड्डा मेला करवाया लाला लाजपत राय दी याद दे विच। हर साल 28 जनवरी नूं रौनकां लगदियां है। ग्यारी सरपंच उन्हीं पुज्जे होए है, उन्हां दा भी बहुत बहुत धन्नवाद करदे हां। राजू उन्हां दे नाल वड्डे प्यार ने। लाओ सामने हंदां दे दरमियान पई हुई टक्कर मित्रों, लाओ लग्गिया जोर ते नौजवान ने इस लई दर्शकों नूं ताड़ियां मारन लई मजबूर किया होया। मैं भी जलाल वालिया करी गल हो जाना। उधर हाकी दी ग्राउंड दे विचों इनफॉर्मेशन आई है भी ठीक 4 बजे जिहड़ा बहुत ही वड्डा मुकाबला फाइनल मैच है जिहड़ा है वार दे के वर्सज दौधर दीआं टीमां दे दरमियान ठीक 4 बजे जिहड़ा हाकी दा उह फाइनल मैच खेडा जाणा है। जिहड़े हाकी दे आशक ने उह हाकी दा आनंद माणनगे, जिहड़े कबड्डी दे आशक ने उह कबड्डी दा, जिहड़े फुटबाल दे आशक ने मेरे वीर उह फुटबाल दे मैचां दा आनंद माणनगे। ठीक 4 बजे वार दे के ते दौधर दीआं टीमां दे दरमियान जिहड़ा अज दे हाकी दे हाकी दा कप दा जिहड़ा फाइनल मैच होवेगा। कलविंदर आस्ट्रेलिया वाले दे फादर साहब सरदार सरजीत सिंह जी कलकत्ते वाले वह भी साडे दरम्यान पुजे हुए है, उन्हां दा भी असीं बहुत बहुत धन्नवाद करदे हां। हिंदी हंसरे उन्हां दे सारे साथी वह भी आस्ट्रेलिया दे विच बैठे मेरे वीरो, मेलबर्न सिडनी ब्रिसबेन पर्थ आस्ट्रेलिया दे जिहड़े मशहूर शहर ने, आस्ट्रेलिया दे भी जाके पंजाबियों ने कब्जा करन वाली गल कीती है। आस्ट्रेलिया दे विच पंजाबी नौजवान जिथे एजुकेशन प्राप्त करने लई पुज्जदे आ मेरे वीरो, उत्थे कमाइयां भी अजकल आस्ट्रेलिया दे विच कनेडा अमेरिका नालों ज्यादा है। ऑस्ट्रेलिया वाले वीर भी हुण कबड्डी ते खुला पैसा लाउण लगे है, ये भी चंगी गल है। खेडां पासे मेरे वीरो समाज सेवा दे लई ये पैसा लगे, चंगे तां पैसा लगे फिर ही मेरे वीरो फायदा है। और जफा ते गल जलाल पिंड वाला उहदे दूर ने जदों आस्ट्रेलिया दे भी वीजे जिहड़े खिडारियों नूं खुले मिलणगे मेरे वीरो, ते खिडारी आस्ट्रेलिया दीआं भी शहरां उह करनगे, गुरु महाराज मेहर करन। जिहड़े साडे पंजाबी उत्थे पुज्जे होए ने उह दिन दुगणी ते रात चौगणी जिहड़ी तरक्की करन ते आप अपने पिंडां दे विच ते इस खेड कबड्डी नूं प्रफुल्लित करन दे लई मेरे वीरो योगदान पाउण। इस मैच दे विचों नकोदर दी टीम जेतू रही है जी, नकोदर दी टीम इस मुकाबले दी जेतू टीम रही है, नोट कर लो नकोदर। अगला मैच बुरज हरी सिंह ते सेखा, बुरज हरी सिंह ते सेखे दीआं टीमां दे दरमियान जिहड़ा इस तों अगला मुकाबला उह खेड मैदान दे विच खेडा जाणा है। इधर गुरप्रीत दे कहिंदे बाबा सुखचैन दास कबड्डी क्लब शाहकोट दी जिहड़ी टी शर्ट पाई हुई है ये नौजवान इस साल बाबा सुखचैन दास कबड्डी क्लब शाहकोट लॉयन दी टीम दे लई, कुलदीप बासी उन्हां दी टीम दे लई, हरदेव गिल उन्हां दी टीम दे लई, बलवीर न्यूजीलैंड दी टीम दे लई, चमकीले आस्ट्रिया वाले दी टीम दे लई ते वैनकूवर कबड्डी क्लब वालिआं दी टीम दे लई नौजवान पंजाब दे कबड्डी कप्पां दे विच नॉर्थ इंडिया कबड्डी फैडरेशन वल्लों खेडेगा गुरप्रीत बुरज हरी वाला। लाओ मैच जल्दी दे नाल ही शुरू करवाता जावे दोनों टीमां दे दरमियान। दुनिया भर दे सुपरस्टार जिहड़े इसलिए कलगी तरखे स्टेडियम दे विच कबड्डी दे स्टार पुज्जे होए है। उधर फुटबाल दी गल भी मेरे वीरो वखरी है ते कबड्डी दा मैच जिहड़ा शुरू हो जा रहा है। बुरज हरी सिंह ते सेखा, उधर अवतार सिंह जी हंसरा कनेडा तो ते अमनदीप सिंह हंसरा कनेडा तो जिन्हां दा 1,00,000 रुपए का योगदान अज दे इस कबड्डी कप दे लई, उह भी लाइव जिहड़ा है कबड्डी 365.com दे जरिए इस कबड्डी टूरनामेंट का आनंद माण रहे हैं। उन्हां वीरां दा भी असीं बहुत बहुत धन्नवाद करते हैं कि दानी भगत सूरमे नितनी जमदियां मामा, दानी भगत सूरमे नितनी जमदियां मामा जिन्हां ने इस टूरनामेंट नूं करवाउण दे लई 1 रुपये तो लैके लखां रुपये तक मेरे वीरो पैसे दिते है। उन्हां दे नां जिहड़े उह परमात्मा आप जाणी जाणा है क्योंकि अज दा जिहड़ा टूरनामेंट है कलगीधर दशमेश पिता श्री गुरु गोबिंद सिंह जी महाराज पुत्रां दे दानी मेरे वीरो उन्हां दी याद दे विच 68 सालां तों हुंदा आ रिहा है टूरनामेंट। उन्हां दा
सारे वीरां दा बहुत बहुत धन्नवाद है जिन्होंने माया दे गफे दिते है। परमात्मा आप जानी जाण है दिन दुगनी ते रात चौगनी तरक्की करन ते होर आने वाले समय दे विच मेरे वीरो इस टूरनामेंट दे लई जिहड़े अपने दसवंध कढ़न आओ आपां खेड मैदान दे विच देखिए। एक पासे बुरज हरी सिंह, बुरज हरी सिंह दी टीम दे लई अज वरिंदर दौदर ते नोना भैणी वड़िंगा वाला जफे लाउणगे। गुरप्रीत ते डिप्पी नौजन दोनों जिहड़े वतौर धावी अपनी टीम दे लई कबड्डियां पाउणगे। दूजे पासे आपां वेखीए सेखा कलां पिंड है नौजन मेरे वीर टीम है जिहड़ी वह फुटबाल ग्राउंड वाली साइड है और हाकी ग्राउंड वाली साइड जिहड़ी टीम है वह बुरज हरी सिंह। इधर मैच शुरू होने जा रहा दोनों टीमों के दरमियान। इधर मीनिया की टीम भी कहते खेड मैदान पहुंच चुकी है। पिंदरी बदरी का जिस खिडारी पिछले दिन वैरोके बुलेट मोटरसाइकिल सन्मान किया गया है ते नाल रसूलपुर का कद्दू जिन्हें कहते बॉम्बे के कबड्डी कप के जसपाल सिंह सिद्धू उन्होंने कबड्डी कप से मेरे वीर बल्ले बल्ले करवाई है पंजाब हरियाणा के शो मैच। लो गुरप्रीत बुरज हरी वाला इस वे कबड्डी पाने के लिए खेड मैदान वध्या होया उच्चा लम्मा कद बड़ी जान है भरी लैवी लोपो वाले कल करी कल करी। इस नौजवान गुरप्रीत की मेरे वीरों गल ही बखरी है दुनिया के बड़ा नाम है खेड कबड्डी और अगली कबड्डी पाने के लिए नौजवान सेखे की धरती का इसलिए जोगी वाधा होया। एक देदरे वाला मशहूर है एक अन्नी ते कहने नौजवान वरिंदर दादर का दुनिया का मनिया परमनिया जाफी न्यूजीलैंड कनेडा के खेड मैदान खेडन वाला वह वेखदा भी दूसरे पासे गिल दे नाल मुकाबला है। बुरज हरी सिंह की धरती बेंत सिंह धालीवाल का पिंड है महान कबड्डी खिडारियों की धरती है बड़ा नाम है इस टीम का पूरे पंजाब लागिया गफा से पॉइंट धावी के हिस्से जुड़ता होया कि दादा करता रहा भलवानी मुंडा बड़ा है जानी धुप पा गया पुत हरजिंदर सिंह धालीवाल का डिप्पी जग ते हरेडर कमाल का डिप्पी जग ते हरेडर कमाल का एक कमाल का धावी है बुरज हरी सिंह का डिप्पी धालीवाल पॉइंट अपनी टीम के हिस्से जोड़ता होया। अगली कबड्डी पाने के लिए नौजवान तोता खेड मैदान वधा होया। बसियां की टीम अजे तक ग्राउंड नहीं आई जल्दी ग्राउंड पहुंचे बसियां की टीम आ नौजवान कहते कबड्डी दी ग्राउंडा दे विच दूजे पप्पू के नाम दे नाल जाना जाता है। यह है अवतार सिंह नोना भैणी वड़िंग वाला कदे इंग्लैंड की ग्रेवजेंट कबड्डी क्लब के लिए कदे कनेडा की रिचमंड के लिए नौजवान जफे लाउंदा है। यह है नोना भैणी वाला मेरे वीर ला तकड़ा जफा अपनी टीम के लिए एक लखां जपण का वादा करता है। कबड्डी के खिडारी कहते पंजाब तो कनेडा इंग्लैंड मेरे वीर आस्ट्रेलिया के वीजे लैके पुजते हैं पर आ खिडारी कनेडा तो इंडिया का वीजा लैके मेरे वीर पंजाब का खेड सीजन खेडन के लिए पहुंचता है। एक कनेडा का सिटीजन है ब्रिटिश कोलंबिया के डेल्टा शहर के रहा मेरे वीर गुरप्रीत गोरू गिल इस वे पॉइंट अपनी टीम के हिस्से जोड़ता होया। सिख सरदार खिडारी अगली कबड्डी पाने के लिए वाधा होया। गुरु सतनाम सिंह जी एस एच ओ साहब पंजाब पुलिस अठूर चौकी वाले मेरे वीर वह भी साढ़े दरम्यान विशेष तौर पर पुजे हुए हैं उन्हों का भी बहुत बहुत धन्यवाद करते हैं। लो सामने सरपंच दे नाम मुकाबला संदीप सिंह सरपंच ये भी कहते बखरी गल ही करता कबड्डी के मैदान में लो सरपंच का जफा भी देखण योग खेड मैदान गबरू ने ला जफा अपनी टीम के हिस्से लखा जिहा पॉइंट जोड़ दिता। बुरज हरी सिंह का डिप्पी धालीवाल वैनकूवर की खेड क्लब वालों खेडा कनेडा के मैदान में पई हुई कबड्डी मित्रों बसियां की टीम है जी ग्राउंड पहुंच चुकी है अगला मुकाबला खेडण दे लई बसिया वर्सज बाबा नारायण दास क्लब मीनिया। 32 टीम ही आई दे इस कबड्डी कप ते मेरे वीरो एंटर कीतियां गईयां ये भी वधिया टूरनामेंट तो मेरे वीरो जिहड़ी सेध लैके पंजाब दीआं होर प्रबंधकीआं कमेटीआं टूरनामेंट करवाउंदीआं ये इतिहासिक खेड मेला कलगीधर मेरे वीरो खेड मेला 32 टीमां जिहड़ियां एंटर कीतीआं गईयां। मेरिया समुचिया स्पोर्ट्स क्लबों कमेटियां बेनती है भी समय के नाल जिहड़े मैच करवाया करनेरा करके 11-12 बज जाते जो प्लेयर मेरे वीर तो फिर जी मुश्किल आ जाती है अगले दिन भी मैच के समय अनुसार टीम जिहड़ियां नहीं पुज सकदियां। मेरी बेनती है अज के इस कबड्डी टूरनामेंट तो सेध लैके पंजाब दीआं होर कमेटियां भी बेनती करते हैं भी मैच समय नाल शुरू करवा के समय के नाल ही समाप्त किए जा सकन। लाओ सामने गिल बुरज वाला मेरे वीर लाता हुआ जफा 6 तरीक रायकोट के दशमेश खेड मेले की है जिथे 2 लाख का पहला प्राइज ते सैकेंड प्राइज 1 लाख रुपये का दिता जाएगा। बेस्ट रेडर ते जाफी 51-52 हजार
ਬੁਰਜ ਹਰੀ ਸਿੰਘ ਦੀ ਟੀਮ ਇਸ ਮੈਚ ਦੀ ਜੇਤੂ ਟੀਮ ਹੈ। ਅਗਲਾ ਮੈਚ ਬਸੀਆਂ ਤੇ ਮੀਨੀਆਂ ਦੀਆਂ ਟੀਮਾਂ ਦੇ ਦਰਮਿਆਨ ਖੇਡਿਆ ਜਾਣਾ ਹੈ 17 ਫਰਵਰੀ ਨੂੰ ਗਵਾਂਢੀ ਪਿੰਡ ਦੇ ਵਿੱਚ ਮੇਰੇ ਵੀਰੋ ਰੂਮੀ ਦੇ ਵਿੱਚ 3.5 ਲੱਖ ਦੀ ਕੀਮਤ ਦਾ 1611 ਟਰੈਕਟਰ ਮੇਰੇ ਵੀਰੋ ਬੈਸਟ ਰੇਡਰ ਨੂੰ ਦਿੱਤਾ ਜਾਵੇਗਾ ਤੇ 1 ਜਾਫੀ ਨੂੰ। ਰੂਮੀ ਦਾ ਕਬੱਡੀ ਕੱਪ ਪਾਲੀ ਸਰਪੰਚ ਹੁਣੀ ਸਰਬਜੀਤ ਕੈਨੇਡਾ ਹੁਣੀ ਆਪ ਸਭ ਨੂੰ ਸੱਦਾ ਦੇ ਰਿਹਾ ਮੇਰੇ ਵੀਰੋ ਰੂਮੀ ਦੇ ਕਬੱਡੀ ਕੱਪ ਦਾ, ਜਿੱਥੇ ਬੈਸਟ ਰੇਡਰ ਤੇ ਜਾਫੀ ਨੂੰ 6-11 ਟਰੈਕਟਰ ਜਿਹੜੇ ਦਿੱਤੇ ਜਾਣਗੇ। 3.5 ਲੱਖ ਇੱਕ ਟਰੈਕਟਰ ਦੀ ਕੀਮਤ ਹੈ। ਦੌਦਰ ਵਾਲੇ ਵਰਿੰਦਰ ਦਾ ਵੀ ਬੁਲਟ ਮੋਟਰਸਾਈਕਲ ਦੇ ਨਾਲ ਮਾਨ ਸਨਮਾਨ ਕੀਤਾ ਜਾਵੇਗਾ। ਰੂਮੀ ਦੇ ਕਬੱਡੀ ਕੱਪ ਦੇ ਆਪ ਸਭ ਨੂੰ ਸੱਦੇ ਹੈ। ਬਸੀਆਂ ਤੇ ਮੀਨੀਆਂ ਦੀਆਂ ਟੀਮਾਂ ਦੇ ਦਰਮਿਆਨ ਅਗਲਾ ਮੈਚ ਜਿਹੜਾ ਸ਼ੁਰੂ ਕਰਵਾ ਦਿੱਤਾ ਜਾਵੇ। ਕੋਟ ਕਰੋੜ ਤੇ ਕਾਲਾ ਬੋਲਾਂ ਦੀਆਂ ਟੀਮਾਂ ਵੀ ਜਿਹੜੀਆਂ ਅਗਲੇ ਮੁਕਾਬਲੇ ਦੇ ਲਈ ਗਰਾਊਂਡ ਦੇ ਵੱਲ ਆ ਜਾਣ। ਮਲਕ ਤੇ ਸੈਦੋ ਕੇ, ਉਸ ਤੋਂ ਬਾਅਦ 75 ਕਿਲੋ ਦਾ ਫਾਈਨਲ ਮੈਚ ਤੇ ਫਿਰ ਜਿਹੜੇ ਦੂਜੇ ਰਾਊਂਡ ਦੇ ਮੈਚ ਆ ਜਿਹੜੇ ਕਬੱਡੀ ਓਪਨ ਦੇ ਖੇਡੇ ਜਾਣਗੇ। ਮੇਰੀ ਬੇਨਤੀ ਕੋਟ ਕਰੋੜ ਤੇ ਕਾਲਾ ਬੋਲਾ, ਮਲਕ ਤੇ ਸੈਦੋ ਕੇ ਦੀਆਂ ਟੀਮਾਂ ਜਿਹੜੀਆਂ ਉਹ ਬਿਨਾਂ ਕਿਸੇ ਦੇਰੀ ਤੇ ਗਰਾਊਂਡ ਦੇ ਵੱਲ ਆ ਜਾਣ। ਇਹਨਾਂ ਟੀਮਾਂ ਦੇ ਜਿਹੜੇ ਮੈਚ ਹੈ ਇਸ ਤੋਂ ਬਾਅਦ ਇਸ ਗਰਾਊਂਡ ਦੇ ਵਿੱਚ ਖੇਡੇ ਜਾਣਗੇ। ਸਾਰੀਆਂ ਟੀਮਾਂ ਨੂੰ ਬੇਨਤੀ, ਲਓ ਖੇਡ ਮੈਦਾਨ ਦੇ ਵਿੱਚ ਇੱਕ ਪਾਸੇ ਬੱਸੀਆਂ ਔਰ ਦੂਜੇ ਪਾਸੇ ਮੇਰੇ ਵੀਰ ਬਾਬਾ ਨਾਰਾਇਣ ਦਾਸ ਕਲੱਬ ਮੀਨੀਆਂ। ਉੱਧਰ ਅੰਮ੍ਰਿਤ ਬੱਸੀਆਂ ਨੂੰ ਕਬੱਡੀ ਵਾਈਫਾਈ ਪੇਜ ਨੂੰ ਅੱਜ ਵਿਸ਼ੇਸ਼ ਤੌਰ ਤੇ ਮਾਣ ਸਨਮਾਨ ਦਿੱਤੇ ਜਾਣਗੇ। ਉੱਥੇ ਸਾਡੇ ਸਨੀ ਗਿੱਲ ਹੋਣੀ ਕਹਿੰਦੇ ਨਾਰਵੇ ਦੇ ਵਿੱਚ ਬੈਠੇ ਨੇ, ਅੱਜ ਦੇ ਕਬੱਡੀ ਕੱਪ ਦਾ ਆਨੰਦ ਮਾਣ ਰਹੇ ਹੈ। ਕਬੱਡੀ ਮੇਰੀ ਜਿੰਦ ਜਾਨ ਪੇਜ, ਜਿੱਥੇ ਕਬੱਡੀ 365.com ਕਬੱਡੀ ਦੀ ਸੇਵਾ ਕਰ ਰਿਹਾ ਹੈ। ਉੱਥੇ ਜਿਹੜੇ ਪੇਜ ਬਣੇ ਹੋਏ ਨੇ ਫੇਸਬੁੱਕ ਤੇ ਮੇਰੇ ਵੀਰੋ, ਉਹ ਵੀ ਸਾਡੇ ਵੀਰ ਵੱਡੀ ਸੇਵਾ ਕਰ ਰਹੇ ਹੈ, ਸਾਰਿਆਂ ਦਾ ਧੰਨਵਾਦ ਹੈ। ਕੋਟ ਕਰੋੜ ਤੇ ਕਾਲਾ ਬੋਲਾ ਨਾਲ ਹੀ ਮਲਕ ਤੇ ਸੈਦੋ ਕੇ ਇਹ ਟੀਮਾਂ ਗਰਾਊਂਡ ਦੇ ਵੱਲ ਆ ਜਾਣ। ਠੀਕ 4 ਵਜੇ ਹਾਕੀ ਦਾ ਫਾਈਨਲ ਮੈਚ ਵਾਰ ਦੇ ਕੇ ਤੇ ਦੌਦਰ ਦੀਆਂ ਟੀਮਾਂ ਦੇ ਦਰਮਿਆਨ ਜਿਹੜਾ ਖੇਡਿਆ ਜਾਊਗਾ, ਉਹ ਵੀ ਜਿਹੜੇ ਹਾਕੀ ਦੇ ਪ੍ਰਸ਼ੰਸਕ ਨੇ ਉਹ ਵੀ ਮੇਰੇ ਵੀਰੋ ਜਾ ਕੇ ਉਸ ਮੈਚ ਦਾ ਆਨੰਦ ਮਾਣ ਸਕਦੇ। ਲਓ ਤੇਜਾ ਸਿੰਘ ਨੰਬੜਦਾਰ ਦਾ ਪੁੱਤਰ ਮੇਰੇ ਵੀਰੋ, ਇਹ ਆ ਮੀਨੀਆਂ ਵਾਲਾ ਲੱਖਾ, ਇਸ ਲਈ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ। ਕੱਦ ਭਾਵੇਂ ਛੋਟਾ ਹੈ ਪਰ ਨੌਜਵਾਨ ਦੇ ਵਿੱਚ ਫੁਰਤੀ ਜਿਹੜੀ ਬੜੀ ਆ ਮੇਰੇ ਵੀਰੋ। ਇੱਕ ਪਾਸੇ ਆਪਾਂ ਵੇਖੀਏ ਬੱਸੀਆਂ ਦੀ ਟੀਮ ਦਾ ਨੌਜਵਾਨ, ਪਰ ਦੂਜੇ ਪਾਸੇ ਲੱਖਾ ਮੀਨੀਆਂ ਵਾਲਾ ਕਬੱਡੀ ਪਾ ਕੇ ਪਾਉਣ ਲੈ ਕੇ ਵਾਪਸ ਜਾਂਦਾ ਹੋਇਆ ਆਪਣੀ ਟੀਮ ਦੇ ਲਈ। ਇਹ ਆ ਨੌਜਵਾਨ ਕਹਿੰਦੇ ਗੱਗਾ ਬੱਸੀਆਂ ਵਾਲਾ ਜੋ ਹੁਣ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਾ ਹੋਇਆ ਹੈ। ਤੋੜੇ ਦੀਸ਼ੇ ਵਰਗੇ ਕਹਿੰਦੇ ਮਹਾਨ ਕਬੱਡੀ ਖਿਡਾਰੀ ਹੋਏ ਹੈ, ਲਾਡੀ ਹੁਣੀ ਕੌਰੇ ਹੁਣੀ ਮਸ਼ਹੂਰ ਨੇ ਬੱਸੀਆਂ ਦੇ। ਉਧਰ ਫੁੱਟਬਾਲ ਦਾ ਜਿਹੜਾ ਫਾਈਨਲ ਹੋਣਾ ਹੈ ਉਹ ਡਾਂਗੋ ਤੇ ਦੌਦਰ ਦੀਆਂ ਟੀਮਾਂ ਦੇ ਦਰਮਿਆਨ ਖੇਡਿਆ ਜਾਣਾ ਹੈ। ਅੱਜ ਤੇ ਕਹਿੰਦੇ ਦੌਦਰ ਨੇ ਦੋ ਜਿਹੜੇ ਮੇਰੇ ਵੀਰੋ ਫਾਈਨਲ ਦੇ ਵਿੱਚ ਦੋ ਟੀਮਾਂ ਪੁੱਜ ਗਈਆਂ, ਇੱਕ ਪਾਸੇ ਹਾਕੀ ਤੇ ਦੂਜੇ ਪਾਸੇ ਫੁੱਟਬਾਲ। ਇੱਕ ਪਾਸੇ ਹਾਕੀ ਦਾ ਜਿਹੜਾ ਫਾਈਨਲ ਹੈ ਉਹ ਵਾਰ ਦੇ ਕੇ ਦੇ ਨਾਲ ਖੇਡਿਆ ਜਾਣਾ ਹੈ ਤੇ ਫੁੱਟਬਾਲ ਦਾ ਜਿਹੜਾ ਫਾਈਨਲ ਹੈ ਉਹ ਡਾਂਗੋ ਦੇ ਨਾਲ, ਵੀਰ ਜੀ ਡਾਂਗੋ ਦੀਆਂ ਟੀਮਾਂ ਦੇ ਦਰਮਿਆਨ ਜਿਹੜਾ ਖੇਡਿਆ ਜਾਣਾ ਹੈ। ਇਹ ਵੀ ਮੇਰੇ ਵੀਰੋ ਜਿਹੜੇ ਮੈਚ ਹੈ ਉਹ ਵੇਖਣ ਯੋਗ ਮੈਚ ਹੋਣਗੇ, ਪਰ ਕਬੱਡੀ ਦੀ ਗਰਾਊਂਡ ਦੇ ਵਿੱਚ ਜਿਹੜਾ ਇਸ ਮੈਚ ਹੋਣਾ ਹੈ ਉਹ ਕੋਟ ਕਰੋੜ ਤੇ ਕਾਲਾ ਬੋਲਾ ਦੀਆਂ ਟੀਮਾਂ ਦੇ ਦਰਮਿਆਨ ਖੇਡਿਆ ਜਾਣਾ ਹੈ। ਦੋਨੋਂ ਟੀਮਾਂ ਅੱਜ ਤੱਕ ਗਰਾਊਂਡ ਦੇ ਵਿੱਚ ਨਹੀਂ ਆਈਆਂ, ਜਲਦੀ ਦੇ ਨਾਲ ਗਰਾਊਂਡ ਦੇ ਵਿੱਚ ਆ ਜਾਣ। ਕੋਟ ਕਰੋੜ ਤੇ ਕਾਲਾ ਬੋਲਾ, ਮਲਕ ਤੇ ਸੈਦੋ ਕੇ, ਸਿਰਫ 32 ਟੀਮਾਂ ਹੀ ਐਂਟਰ ਕੀਤੀਆਂ ਗਈਆਂ। ਇਹ ਇਤਿਹਾਸਕ ਫੈਸਲਾ ਹੈ ਪ੍ਰਬੰਧਕ ਕਮੇਟੀ ਦਾ। ਅਸੀਂ ਹਰ ਇੱਕ ਟੂਰਨਾਮੈਂਟ ਤੇ ਕਲਗੀਧਰ ਟੂਰਨਾਮੈਂਟ ਪ੍ਰਬੰਧਕ ਕਮੇਟੀ ਦਾ ਜ਼ਿਕਰ ਕਰਾਂਗੇ, ਜਿਨ੍ਹਾਂ ਨੇ ਬਹੁਤ ਵੱਡਾ ਫੈਸਲਾ ਅੱਜ ਸਿਰਫ 32 ਟੀਮਾਂ ਹੀ ਐਂਟਰ ਕਰਕੇ ਮੇਰੇ ਵੀਰੋ ਇਹ ਲਿਆ। ਬਹੁਤ ਬਹੁਤ ਧੰਨਵਾਦ ਪ੍ਰਧਾਨ ਸਾਹਿਬ ਦਾ, ਸਰਪੰਚ ਸਾਹਿਬ ਦਾ, ਉਹਨਾਂ ਦੀ ਸਮੁੱਚੀ ਮੈਨੇਜਮੈਂਟ ਦਾ, ਜਿਨ੍ਹਾਂ ਨੇ ਇਹੋ ਜਿਹੇ ਇਤਿਹਾਸਕ ਫੈਸਲੇ ਲੈ ਕੇ ਕਬੱਡੀ ਦੇ ਲਈ ਮੇਰੇ ਵੀਰੋ ਸੋਚਿਆ, ਨਾ ਕਬੱਡੀ ਦੇ ਖਿਡਾਰੀਆਂ ਦੇ ਲਈ, ਇਹਨਾਂ ਦਰਸ਼ਕਾਂ ਦੇ ਲਈ ਜਿਨ੍ਹਾਂ ਨੂੰ ਰਾਤ ਨੂੰ ਹਨੇਰਾ ਹੋ ਜਾਂਦਾ ਮੇਰੇ ਵੀਰੋ, ਉਹਨਾਂ ਦਰਸ਼ਕਾਂ ਦੇ ਲਈ ਜਿਹੜੇ ਦਰਸ਼ਕ ਵੀਰ ਕਬੱਡੀ 365.com ਦੇ ਨਾਲ ਜੁੜਦੇ ਆ, ਆਪਣੇ ਕੰਮਾਂ ਧੰਦਿਆਂ ਨੂੰ ਛੱਡਦੇ ਹੋਏ ਇਹਨਾਂ ਮੈਚਾਂ ਦਾ ਆਨੰਦ ਮਾਣਦੇ ਆ। ਅਮਨ ਲੋਪੋ ਵਾਲਾ ਇੱਧਰ, ਬਲਵਿੰਦਰ ਸਿੰਘ ਜੀ ਪ੍ਰਧਾਨ, ਦੌਦਰ ਦੀਆਂ ਦੋਨੋਂ ਟੀਮਾਂ ਨੂੰ ਮੁਬਾਰਕਬਾਦ ਦੇ ਰਹੇ ਆ ਮੇਰੇ ਵੀਰੋ, ਜੋ ਫੁੱਟਬਾਲ ਤੇ ਹਾਕੀ ਦੇ ਵਿੱਚ ਮੇਰੇ ਵੀਰੋ ਦੌਦਰ ਦੀਆਂ ਟੀਮਾਂ ਫਾਈਨਲ ਦੇ ਵਿੱਚ ਪਹੁੰਚੀਆਂ। ਗੁਰਪ੍ਰੀਤ ਸਿੰਘ ਰਾਣੀ ਉਹਨਾਂ ਦਾ ਪਿੰਡ ਹੈ ਮੇਰੇ ਵੀਰੋ, ਰਾਣਾ ਸਪੋਰਟਸ ਕਲੱਬ ਦੇ ਬਹੁਤ ਵੱਡੇ ਯੋਗਦਾਨ ਨੇ ਇਹਨਾਂ ਟੀਮਾਂ ਦੇ ਲਈ। ਅਮਰਜੀਤ ਸਿੰਘ ਸਿੱਧੂ ਫਰੀਨੋ ਵਾਲਿਆਂ ਦੇ ਇਹਨਾਂ ਟੀਮਾਂ ਦੇ ਲਈ ਬਹੁਤ ਵੱਡੇ ਯੋਗਦਾਨ ਨੇ, ਔਰ ਦੋਨੋਂ ਟੀਮਾਂ ਜਿਹੜੀਆਂ ਫਾਈਨਲ ਦੇ ਵਿੱਚ ਪੁੱਜੀਆਂ ਹੋਈਆਂ। ਬਾਦਰ ਦੇ ਦੋਨੋਂ ਟੀਮਾਂ ਦੇ ਪਲੇਅਰਾਂ ਨੂੰ ਮੁਬਾਰਕਬਾਦ ਹੈ।
ਅੰਮ੍ਰਿਤਪਾਲ ਸਿੰਘ ਕੱਦੂ ਰਸੂਰਪੁਰੀਆ ਛੋਟੀ ਉਮਰ ਦੇ ਵਿੱਚ ਕਹਿੰਦੇ ਦੁਨੀਆਂ ਦਾ ਮੰਨਿਆ ਪਰਮੰਨਿਆ ਜਾਫੀ ਬਣਿਆ ਹੈ। ਬੰਬੇ ਦੇ ਖੇਡ ਮੈਦਾਨਾਂ ਵਿੱਚ ਵੀ ਧਰਤਨ ਕਰਵਾਈ ਹੈ। ਆਹ ਗੱਭਰੂ ਕਹਿੰਦੇ ਆਸਟ੍ਰੇਲੀਆ ਦੇ ਮੈਲਬੌਰਨ ਸ਼ਹਿਰ ਤੋਂ ਪੁੱਜਿਆ ਹੋਇਆ ਮੇਰੇ ਵੀਰੋ, ਜਿੱਥੋਂ ਦਾ ਕੀਪਾ ਬੱਦਨੀ ਵਾਲਾ ਮਸ਼ਹੂਰ ਹੈ, ਉਸੇ ਬੱਦਨੀ ਖੁਰਦ ਪਿੰਡ ਦਾ ਪਿੰਦਰੀ ਇਸ ਵੇਲੇ ਕਬੱਡੀ ਪਾ ਰਿਹਾ ਹੈ। ਇੱਕ ਪਾਸੇ ਕਹਿੰਦੇ ਅੱਚਰ ਵਾਲੀਆ ਚੈਨਾ ਪੂਰੀ ਕੋਸ਼ਿਸ਼ ਕਰਦਾ ਹੈ, ਬਿੱਟੂ ਦਾ ਪਿੰਡ ਹੈ ਕਹਿੰਦੇ ਅੱਚਰ ਵਾਲ ਸਾਡੇ ਵੀਰ ਦਾ ਜਾ ਵਸਿਆ ਯੂਐਸਏ ਦੀ ਧਰਤੀ ਤੇ, ਵੇਰੀਆ ਸਪੋਰਟਸ ਕਲੱਬ ਦੇ ਲਈ ਕਹਿੰਦੇ ਬਿੱਟੂ ਅੱਚਰ ਵਾਲੀਏ ਦੇ ਬਹੁਤ ਵੱਡੇ ਯੋਗਦਾਨ ਨੇ। ਲਓ ਸਾਹਮਣੇ ਗੱਗਾ ਬਸੀਆ ਵਾਲਾ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਬੰਦਾ ਹੋਇਆ ਹੈ। ਚਾਰ ਜਾਫੀ ਤਿਆਰ ਨੇ, ਮੀਨੀਆਂ ਦੀ ਟੀਮ ਅੱਜ ਪੁੱਜੀ ਹੋਈ ਹੈ ਪਿੰਦਰੀ ਹੁਣੀ ਜੱਗੇ ਹੁਣਾਂ ਦੇ ਨਾਲ। ਮੇਰੇ ਵੀਰੋ ਡਾਢੀ ਰਿਸ਼ਤੇਦਾਰੀ ਹੈ ਅੰਮ੍ਰਿਤਪਾਲ ਸਿੰਘ ਕੱਦੂ ਰਸੂਰਪੁਰੀਆ ਤੇ ਇਤਰਾਰ ਜਾਫੀ ਕਬੱਡੀ ਦਾ ਇਸ ਵੇਲੇ ਗੱਗੇ ਬਸੀਆ ਵਾਲੇ ਨੂੰ ਹੰਦਾਂ ਦੇ ਦਰਮਿਆਨ ਲਾ ਪਾਓ ਜੇ ਫੱਕ ਨਹੀਂ ਨਿਕਲੂ। ਸਮਾਂ ਬੀਤ ਗਿਆ ਕਿ ਕੱਟ ਕਬੂਤਰ ਬਿਨ ਪਰਾਂ ਤੋਂ ਬਹੁਤੀ ਚਿਰਾਂ ਉੜਦੇ ਵੀ ਉਮਰ ਵਕਤ ਦੇ ਪਾਣੀ ਕਦੇ ਪਿਛਾਂ ਨਾ ਮੁੜਦੇ ਵੀ ਉਮਰ ਵਕਤ ਦੇ ਪਾਣੀ ਕਦੇ ਪਿਛਾਂ ਨਾ ਮੁੜਦੇ ਵੀ 30 ਸੈਕਿੰਡ ਦੀ ਰੇਡ ਹੈ ਮੇਰੇ ਵੀਰੋ। 30 ਸੈਕਿੰਡ ਦੇ ਵਿੱਚ ਹੱਥ ਲਾ ਕੇ ਜਿਹੜਾ ਜਾਫੀ ਨੂੰ ਆਪਣੇ ਪਾੜੇ ਦੇ ਵਿੱਚ ਆ ਕੇ ਖੜਨਾ ਹੁੰਦਾ ਹੈ। ਇਹ ਖੇਡ ਕਬੱਡੀ ਦੇ ਰੂਲ ਨੇ। ਲਓ ਵੇਖੀਏ ਪਿੰਦਰੀ ਪਤਨੀ ਵਾਲਾ ਮੇਰੇ ਵੀਰੋ, ਆਓ ਵੇਖ ਲਓ ਪਾਉਂਦਾ ਹੋਇਆ ਕਬੱਡੀ ਤੇ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੁੜਦਾ ਹੋਇਆ ਪਿੰਦਰੀ ਪਤਨੀ ਪਿੰਡ ਦਾ। ਅਗਲੇ ਮੈਚ ਦੀ ਟੀਮ ਕਾਲਾ ਬੋਲਾ ਪਹੁੰਚ ਗਈ ਜੀ ਜਾਂ ਕੋਟ ਕਰੋੜ? ਕਾਲਾ ਬੋਲਾ ਪਹੁੰਚ ਚੁੱਕੀ ਹੈ। ਕੋਟ ਕਰੋੜ ਦੀ ਟੀਮ ਨੂੰ ਮੇਰੀ ਬੇਨਤੀ ਹੈ ਵੀ ਉਹ ਜਲਦੀ ਦੇ ਨਾਲ ਗਰਾਊਂਡ ਦੇ ਵਿੱਚ ਪਹੁੰਚੇ। ਕੋਟ ਕਰੋੜ ਦੀ ਟੀਮ ਦਾ ਮੈਚ ਜਿਹੜਾ ਹੈ ਉਹ ਕਾਲੇ ਬੋਲੇ ਦੇ ਨਾਲ ਖੇਡਿਆ ਜਾਣਾ ਹੈ। ਇਹ ਰਣਜੀਤ ਮੇਰੇ ਵੀਰੋ ਮੀਨੀਆਂ ਵਾਲਾ ਇਸ ਵੇਲੇ ਲਾ ਤਕੜਾ ਜਫਾ ਆਪਣੀ ਟੀਮ ਦੇ ਹਿੱਸੇ ਲੱਖਾਂ ਜਾਂ ਬਾਂਡ ਜੋੜਦਾ ਹੋਇਆ। ਅਗਲੀ ਕਬੱਡੀ ਕਹਿੰਦੇ ਲੱਖਾਂ ਮੀਨੀਆਂ ਵਾਲਾ ਮੇਰੇ ਵੀਰੋ, ਇੱਕ ਗਾਜੀਪੁਰੀਆ ਕਬੱਡੀ ਦੇ ਕਿੰਗ ਦੇ ਤੌਰ ਤੇ ਜਾਣ ਦੀ ਜਤਿੰਦਰ ਸਿੰਘ ਨੂੰ ਦੁਨੀਆ ਕੇ ਸੀ ਬਲਵਿੰਦਰ ਫਿੱਟੂ ਘੋੜਾ ਲੰਮੀ ਪਾਰੀ ਦਾ ਨਾਲ ਠਰਮੇ ਖੇਡੇ ਕਾਕਾ ਤਾਰੀ ਸਾਰੀ ਦਾ ਲੱਖਾਂ ਦੀ ਗੱਲ ਕਰਦਾ ਲੱਖਾਂ ਗਾਜੀਪੁਰ ਦਾ ਜੀ ਖਾਲੀ ਹੱਥ ਗੁਰਲਾਲ ਕਦੇ ਨਾ ਪਿੱਛੇ ਮੁੜਦਾ ਜੀ ਬਾਜੇ ਖਾਨੇ ਜੰਮਿਆ ਸੀ ਹਰਜੀਤ ਬਰਾੜਾ ਦੇ ਖੇਡਣ ਯੋਰਾ ਨਾਲ ਕਬੱਡੀ ਪੁੱਤ ਸਰਦਾਰਾਂ ਦੇ ਖੇਡਣ ਯੋਰਾ ਨਾਲ ਕਬੱਡੀ ਪੁੱਤ ਸਰਦਾਰਾਂ ਦੇ ਕਾਲਾ ਬੋਲਾ ਤੇ ਕੋਟ ਕਰੋੜ ਮਲਕ ਤੇ ਸੈਦੋ ਕੇ ਇਹ ਟੀਮਾਂ ਜਲਦੀ ਨਾਲ ਖੇਡ ਮੈਦਾਨ ਦੇ ਵਿੱਚ ਪੁੱਜਣ। ਸਾਰੀਆਂ ਟੀਮਾਂ ਨੂੰ ਮੇਰੀ ਬੇਨਤੀ ਹੈ ਵੀ ਟੀਮਾਂ ਸਮੇਂ ਦੇ ਅਨੁਸਾਰ ਹੀ ਖੇਡ ਮੈਦਾਨ ਦੇ ਵਿੱਚ ਪੁੱਜਦੀਆਂ ਜਾਣ। ਲਓ ਬੱਦਨੀ ਵਾਲਾ ਪਿੰਦਰੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਬਿਲਕੁਲ ਤਿਆਰ ਹੈ। ਉਧਰ ਚਾਰ ਜਾਫੀ ਵੀ ਤਿਆਰ ਨੇ, ਹੁਣ ਵੇਖਦਾ ਵੀ ਬਸੀਆਂ ਦੀ ਟੀਮ ਦਾ ਕਿਹੜਾ ਨੌਜਵਾਨ ਜਾਂ ਦੋ ਅੱਚਰ ਵਾਲ ਦੇ ਜਾਫੀ ਮੇਰੇ ਵੀਰੋ ਲਾ ਕੇ ਜਫਾ ਆਪਣੀ ਟੀਮ ਲਈ ਲੱਖਾਂ ਜਾਂ ਪਾਉਣ ਜੋੜਦੇ ਹੈ। ਬੂਟਾ ਅੱਚਰ ਵਾਲੀਆ ਵੀ ਕਹਿੰਦੇ ਕਨੇਡਾ ਦੇ ਖੇਡ ਮੈਦਾਨਾਂ ਵਿੱਚ ਤਕੜਾ ਖੇਡਿਆ। ਲਓ ਪੱਟੀ ਹੋਈ ਖੁੱਚ ਮੁਕਾਬਲਾ ਸਖਤ ਹੈ ਤੇ ਫੈਸਲਾ ਕੀ ਹੈ ਵੀ ਬੂਟੇ ਅੱਚਰ ਵਾਲੀਏ ਨੇ ਬਸੀਆਂ ਦੀ ਟੀਮ ਦੇ ਲਈ ਲੱਖਾਂ ਜਾਂ ਪਾਉਣ ਜੋੜ ਦਿੱਤਾ ਹੈ। ਲਾਡੀ ਵਰਗੇ ਖਿਡਾਰੀ ਬਸੀਆਂ ਦੇ ਮਾਨ ਜਾ ਵਸਿਆ ਸ਼ਹਿਰੀ ਸ਼ਹਿਰ ਦੇ ਵਿੱਚ ਟਿਮ ਉੱਪਲ ਦਾ ਪਿੰਡ ਹੈ ਕਹਿੰਦੇ ਬਸੀਆਂ ਜਿਨ੍ਹਾਂ ਨੇ ਪੰਜਾਬੀਆਂ ਦਾ ਮਾਣ ਵਧਾਇਆ ਮੇਰੇ ਵੀਰੋ। ਕਨੇਡਾ ਦੀ ਸਿਆਸਤ ਦੇ ਵਿੱਚ ਕੈਬਨਿਟ ਮਿਨਿਸਟਰ ਨੇ ਟਿਮ ਉੱਪਲ ਹੁਣਾਂ ਦੇ ਪਿੰਡ ਦੀ ਟੀਮ ਖੇਡਦੀ ਹੈ ਤੇ ਦੂਸਰੇ ਪਾਸੇ ਮੀਨੀਆਂ ਦੀ ਟੀਮ ਤੇਜਾ ਕਹਿੰਦੇ ਮਸ਼ਹੂਰ ਜਾਫੀ ਮੀਨੀਆਂ ਵਾਲਾ ਇਸ ਵੇਲੇ ਲਾ ਤਕੜਾ ਜਫਾ ਆਪਣੀ ਟੀਮ ਲਈ ਲੱਖਾਂ ਜਾਂ ਪੁਆਇੰਟ ਜੋੜਦਾ ਹੋਇਆ ਮੈਚ ਸਮਾਪਤ। ਬਾਬਾ ਨਰਾਇਣ ਦਾਸ ਕਲੱਬ ਮੀਨੀਆਂ ਦੀ ਟੀਮ ਇਸ ਮੈਚ ਦੀ ਜੇਤੂ ਹੈ ਜੀ, ਨੋਟ ਕਰ ਲਿਓ। ਬਾਬਾ ਨਰਾਇਣ ਦਾਸ ਕਬੱਡੀ ਕਲੱਬ ਮੀਨੀਆਂ ਕੋਟ ਕਰੋੜ ਤੇ ਕਾਲਾ ਬੋਲਾ, ਇਹ ਦੋਨੋਂ ਟੀਮਾਂ ਸੈਂਟਰ ਲਾਈਨ ਤੇ ਆ ਜਾਣ। ਕੋਟ ਕਰੋੜ ਤੇ ਕਾਲਾ ਬੋਲਾ ਗਿੰਦੀ ਹੰਸਰਾ ਤੇ ਗੁਰਵਿੰਦਰ ਬੀਲਾ ਜੀ ਉਹਨਾਂ ਵੱਲੋਂ ਪਿੰਦਰੀ ਬੱਦਨੀ ਵਾਲੇ ਦਾ ਮੇਰੇ ਵੀਰੋ 1100 ਦੇ ਨਾਲ ਮਾਨ ਸਨਮਾਨ ਕੀਤਾ ਜਾ ਰਿਹਾ ਹੈ ਕਿਉਂਕਿ ਨੌਜਵਾਨ ਆਸਟ੍ਰੇਲੀਆ ਦੇ ਮੈਲਬੌਰਨ ਸ਼ਹਿਰ ਦੇ ਵਿੱਚ ਗਿੰਦੀ ਹੁਣਾਂ ਦੇ ਕੋਲ ਮੇਰੇ ਵੀਰੋ ਗੁਰਵਿੰਦਰ ਬੀਲੇ ਉਹਨਾਂ ਦੇ ਕੋਲ ਵੱਜਦਾ ਹੈ। ਪਿੰਦਰੀ ਬੱਦਨੀ ਵਾਲੇ ਦਾ 1100 ਦੇ ਨਾਲ ਗਿੰਦੀ ਹੰਸਰਾ ਤੇ ਨਾਲ ਗੁਰਵਿੰਦਰ ਬੀਲਾ ਮੇਰੇ ਵੀਰੋ ਉਹਨਾਂ ਵੱਲੋਂ ਮਾਨ ਸਨਮਾਨ ਕੀਤਾ ਜਾ ਰਿਹਾ ਹੈ। ਕੋਟ ਕਰੋੜ ਤੇ ਕਾਲਾ ਬੋਲੇ ਦੀਆਂ ਟੀਮਾਂ ਦੇ ਦਰਮਿਆਨ ਜਿਹੜਾ ਮੈਚ ਸ਼ੁਰੂ ਕਰਵਾਤਾ ਜਾਵੇ ਮੈਂ ਵੀ ਪਿੰਦਰੀ ਇੱਧਰ ਗਿੰਦੀ ਅੰਸਰੇ ਉਹਨਾਂ ਵੱਲੋਂ ਗੁਰਵਿੰਦਰ ਬੀਲੇ ਆਸਟ੍ਰੇਲੀਆ ਵਾਲੇ ਸਾਡੇ ਭਰਾਵਾਂ ਵੱਲੋਂ ਮਾਨ ਸਨਮਾਨ ਜਿਹੜਾ 1100 ਦੇ ਨਾਲ ਪਿੰਦਰੀ ਬੱਦਨੀ ਵਾਲੇ ਦਾ ਮੇਰੇ ਵੀਰੋ ਕੀਤਾ ਜਾ ਰਿਹਾ। ਰਾਜੂ ਹੁਣਾਂ ਦਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ, ਜੱਗੇ ਹੁਣਾਂ ਦਾ ਸਮੁੱਚੀ ਪ੍ਰਬੰਧਕੀ ਕਮੇਟੀ ਦਾ। ਅਗਲਾ ਮੈਚ ਜਲਦੀ ਦੇ ਨਾਲ ਸ਼ੁਰੂ ਕਰਵਾਤਾ ਜਾਵੇ। ਅਗਲੇ ਮੈਚ ਦੀਆਂ ਟੀਮਾਂ ਮਲਕ ਤੇ ਸੈਦੋ ਕੇ ਵੀ ਟੀਮਾਂ ਜਿਹੜੀਆਂ ਪੁੱਜਣ ਹਰਮਨ ਜੋਗਾ ਜੀ ਮਹਿਲ ਕਲਾਂ ਵਾਲੇ ਅਗਲੇ ਮੈਚਾਂ ਦੇ ਲਈ ਗੱਲ ਕਰਨਗੇ।
हेलो कोड़ करोड़ वर्ष बलजिंदर समरा जी कहते सुख बलो वाली जिन्हें भी पॉइंट प्राप्त करेगा सौ सौ के मान सम्मान दिते जाएंगे। लवी हरमन जल्दी के नाल नौजवाना पुजा मैच जरा शुरू हो जा रहा काला बोला ते कोट करोड़ दी टीमों के दरम्यान हेलो कबड्डी 75 किलो का मैच खेडा जाना पिंडर ते बादरा दोनों टीम तैयारी फड़ के जल्दी दे नाल ही खेड मैदान दे विच पहुंचणगियां। पिंडर ते बादरा ए भी टीम जल्दी दे नाल खेड मैदान दे विच पहुंचणगियां। कोट करोड़ की टीम दर्शक भीरो खेड हाकी की ग्राउंड वाली साइड ते दूसरे पासे काले बुले की टीम है। लो वेखदा कोट करोड़िया नौजवान गभरू सिख सरदार अपनी टीम दे से एक लखा जिहा पॉइंट जोड़दा नौजवान है काले बुले की धरती जिथों का स्टार है माखिड़ कबड्डी का मेरे भीरो अरसी काले बुले का लो उस पिंड का नौजवान गभरू खेड मैदान के कबड्डी पाउण के लिए वाधा होया चार जासकियां दे विचों वेखदा किहड़ा नौजवान कोट करोड़िया लाउंदा जफा अगले मैचां दीआं टीमां पिंडर ते मेरे वीरो नाल बदरे दी टीम कबड्डी 75 किलो दा जिहड़ा फाइनल मैच खेडा जाणा ते दोनों टीमां जल्दी दे नाल ही तैयारी फड़ के आ जाण। सैदो ते मलक ये भी टीमां तैयारी फड़ के अगले मैचां दीआं टीमां ने सैदो ते मलक ये भी टीमां तैयारी फड़ के जल्दी दे नाल ही खेड मैदान दे विच पहुंचण। खेड कबड्डी का नजारा बखरा मेरे वीरो जिमें अमन लोपर पिंदर जलाल ने गल की है भावे फुटबाल का प्लेयर है भावे हाकी का प्लेयर है भावे कबड्डी का मेरे वीरों ने विदेशों की सैर की इस खेड ग्राउंड खेड के और कोट करोड़िया सोनी खेड मैदान मेरे वीरो कबड्डी पाने के लिए बधिया होया और जासी हुण वेखदा कहो जी गल आउंदी है ते पॉइंट धावी के हिस्से जुड़दा पॉइंट धावी के हिस्से जुड़दा मलक ते सैदो ए भी टीम तैयारी फड़ के जल्दी दे नाल ही अगले मैचां दे लई खेड मैदान दे विच पहुंचणगियां। मलक ते सैदो लो ग्यानी दी पई हुई कबड्डी कबड्डी ओपन दीआं जिन्नियां भी टीमां जित्तियां दूजे राउंड दीआं टाइयां पै रहीआं ने जिन्नियां भी टीमां जित्तियां उहनां दा इक मैंबर स्टेज ते पहुंचे जी। कबड्डी ओपन दा दूजे राउंड दा टाइयां निकल लगीआं जिन्नियां भी टीमां जित्तियां ने चार जासी मेरे वीरो हुण वेखदा किहड़ा नौजवान मेरे वीरो लाउंदा तकड़ा जफा बहुत ही सत्कारयोग मेरे वीरो हिम्मत सिंह जी सिखो उमरपुरे वाले ते नाल मनदीप सिंह जी बासी आस्ट्रेलिया जसकरण सिंह जी आस्ट्रेलिया इन्हां वीरां दे बड़े योगदान है नाल मेरे वीरो डॉक्टर जसपाल सिंह जी बड़ा माण करदे ने इस टूरनामेंट लई मेरे वीर बड़े योगदान ने ते गुरिंदर सिंह जी गिंदी ते नाल साडा वीर मेरे वीरो गोगी आस्ट्रेलिया ते नाल मेरे वीरो जसप्रीत सिंह जस्सी सरपंच बड़ी जिम्मेवारी इस नगर की है इन्हां सत्कारयोग वीरां दा प्रभात सिंह जी बलजिंदर सिंह जी समरा सुख बल्लो वाली जिन्ने भी पॉइंट हासिल करेगा ते उन्ने ही सौ सौ रुपए के मान उन्हां वल्लों दिते जाने ने। लखी सिद्धवां इंग्लैंड खेडिया करदा फैसला पॉइंट धावी दे हिस्से जुड़दा
ਪੁਆਇੰਟ ਤਾਵੀ ਦੇ ਸੇ ਜੁੜਦਾ ਪਾਵੀ ਨੌਜਵਾਨ ਹੈ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਸਿੱਖ ਸਰਦਾਰ ਗੱਭਰੂ ਕਬੱਡੀ ਪਾਉਣ ਦੇ ਲਈ ਵਾਧਾ ਜਾ ਰਿਹਾ ਹੈ ਤੇ ਸਾਡੇ ਬੇਟਰ ਵੀਰਾਂ ਨੂੰ ਬੇਨਤੀ ਵੀ ਜਿਹੜੀ ਚਾਹ ਉਹ ਜ਼ਰੂਰ ਗਰਾਊਂਡ ਦੇ ਵਿੱਚ ਪਾਉਣ ਦੀ ਕੀਤੀ ਜਾਵੇ ਲਓ ਸਿੱਖ ਸਰਦਾਰ ਗੱਭਰੂ ਦੀ ਪਈ ਹੋਈ ਕਬੱਡੀ ਕਿ ਕਲੰਗੀਆਂ ਵਾਲੇ ਆਨੰਦਪੁਰ ਛੱਡ ਦਿੱਤਾ ਬਾਜ ਕਿਸੇ ਪਾਸੇ ਤੇ ਘੋੜਾ ਕਿਸੇ ਪਾਸੇ ਬੜਾ ਖੂਨ ਡੋਲਿਆ ਕੌਮ ਲਈ ਥੋੜਾ ਕਿਸੇ ਪਾਸੇ ਤੇ ਥੋੜਾ ਕਿਸੇ ਪਾਸੇ ਚਾਰ ਲਾਲਸੀ ਬਖਸ਼ੇ ਪਰਮਾਤਮਾ ਨੇ ਤੇ ਜੋੜਾ ਕਿਸੇ ਪਾਸੇ ਤੇ ਜੋੜਾ ਕਿਸੇ ਪਾਸੇ ਮਾਸੀ ਵਾੜੇ ਦੇ ਜੰਗਲਾਂ ਚ ਆਣ ਸੁੱਤਾ ਘੋੜਾ ਕਿਸੇ ਪਾਸੇ ਤੇ ਜੋੜਾ ਕਿਸੇ ਪਾਸੇ ਇਹ ਸਿੱਖੀ ਖੰਡਿਓ ਦੇਖੀ ਦੀ ਗੱਲ ਹੈ ਸਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਮੇਰੇ ਵੀਰੋ ਚਰਨ ਸੋ ਪ੍ਰਾਪਤ ਧਰਤੀ ਤੇ ਅੱਜ ਲੱਗੀਆਂ ਹੋਈਆਂ ਰੌਣਕਾਂ ਸਾਰੀ ਪ੍ਰਬੰਧਕ ਕਮੇਟੀ ਕਲੰਗੀਧਰ ਸਪੋਰਟਸ ਕਲੱਬ ਮੇਰੇ ਵੀਰੋ ਇੱਥੇ ਜਿੰਨੇ ਵੀ ਦਰਸ਼ਕ ਪੁੱਜੇ ਆ ਜਿੰਨੇ ਵੀ NRI ਪੁੱਜੇ ਆ ਜਿੰਨੀਆਂ ਵੀ ਮਹਾਨ ਸ਼ਖਸੀਅਤਾਂ ਪੁੱਜੀਆਂ ਨੇ ਸਾਰਿਆਂ ਦਾ ਦਿਲ ਦੀ ਗਹਿਰਾਈਆਂ ਦੇ ਵਿੱਚੋਂ ਨਿੱਕੀ ਜਿਹੀ ਆਖ ਦੇ ਧੰਨਵਾਦ ਕਰਦੇ ਆ ਲਓ ਇਧਰਲੇ ਪਾਸੇ ਚੜ੍ਹਦੀ ਰੇਸ ਦਾ ਨੌਜਵਾਨ ਗੱਭਰੂ ਕਬੱਡੀ ਪਾਉਂਦਾ ਤੇ ਲੱਖੀ ਸਿੱਧਵਾਂ ਦਾ ਕਰਦਾ ਫੈਸਲਾ ਪੁਆਇੰਟ ਧਾਵੀ ਦੇ ਸੇ ਜੁੜਦਾ ਪੁਆਇੰਟ ਧਾਵੀ ਦੇ ਸੇ ਜੁੜਦਾ ਪਾ ਵੀ ਸਿੱਖ ਸਰਦਾਰ ਨੌਜਵਾਨ ਕਬੱਡੀ ਕਿ ਖੁੱਲ ਕੇ ਥਾਂ ਥਾਂ ਅੱਜ ਕੱਲ ਡੇਰੇ ਕਿ ਖੁੱਲ ਕੇ ਥਾਂ ਥਾਂ ਅੱਜ ਕੱਲ ਡੇਰੇ ਸਾਧੂ ਘੱਟ ਤੇ ਵੱਧ ਲਟੇਰੇ ਤੁਹਾਨੂੰ ਰਾਕੇ ਵਿੱਚ ਹਨੇਰੇ ਬੇਲੜ ਮੌਜਾਂ ਕਰਦੇ ਨੇ ਲਾਂਤ ਜਿਹੜੇ ਗੁਰੂ ਨੂੰ ਛੱਡ ਕੇ ਚੌਂਕੀਆਂ ਭਰਦੇ ਨੇ ਸਿੱਖਿਆ ਦਿੰਦੀ ਆ ਗੁਰਬਾਣੀ ਨਾ ਕੋਈ ਪੂਜੋ ਮੜੀ ਵਸਾਣੀ ਮਿੱਤਰੋ ਉਲਝੀ ਪਈ ਆ ਤਾਣੀ ਜੱਪ ਕਸੂਤਾ ਪੈ ਜੂਗਾ ਚੌਂ ਇੱਟਾਂ ਦੀ ਮੱਟੀ ਚ ਬਾਬਾ ਕਿੱਥੋਂ ਬਹਿ ਜੂਗਾ ਚਾਰ ਇੱਟਾਂ ਦੀ ਮੱਟੀ ਚ ਬਾਬਾ ਕਿੱਥੋਂ ਪੈ ਜੂਗਾ ਪਾ ਵੀ ਸੁੱਖ ਨੌਜਵਾਨ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਸੁੱਖ ਫਿਰ ਉਡਾਣ ਭਰਦਾ ਮੇਰੇ ਵੀਰੋ ਕਲੰਗੀਧਰ ਸਟੇਡੀਅਮ ਦੇ ਵਿੱਚ ਲੱਗੀਆਂ ਹੋਈਆਂ ਰੌਣਕਾਂ ਨੇ ਲਓ ਸੁੱਖ ਬੱਲੋ ਵਾਲੇ ਦੀ ਪਈ ਹੋਈ ਕਬੱਡੀ ਤੇ ਚਾਰ ਜਾਫੀਆਂ ਦੇ ਵਿੱਚ ਵੇਖਣਾ ਕਿਹੜਾ ਗੱਭਰੂ ਕਾਲੇ ਬੂਲੇ ਵਾਲਾ ਲਾਉਂਦਾ ਜਫਾ ਸੈਦੋ ਤੇ ਮਲਕ ਅਗਲੇ ਮੈਚ ਦੀਆਂ ਟੀਮਾਂ ਇਹ ਵੀ ਟੀਮਾਂ ਤਿਆਰੀ ਫੜ ਕੇ ਰੱਖਣ ਬਾਦਰਾ ਤੇ ਭਿੰਡਰ ਇਹ ਵੀ ਟੀਮਾਂ ਤਿਆਰੀ ਫੜ ਕੇ ਰੱਖਣ ਬਾਦਰਾ ਤੇ ਭਿੰਡਰ ਹਾਂਜੀ ਭਿੰਡਰ ਦੀਆਂ ਟੀਮਾਂ ਮੈਚ ਸਮਾਪਤ ਆ ਜੀ ਹਾਂਜੀ ਕੋਟਕਰੋੜ ਦੀ ਟੀਮ ਜੇਤੂ ਆ ਜੀ ਚੱਲਦੇ ਮੈਚ ਦੀ ਕੋਟਕਰੋੜ ਦੀ ਹਾਂਜੀ ਸਰਦਾਰ ਭਗਵਾਨ ਸਿੰਘ ਜੀ ਰਾਮੂ ਵਾਲਾ ਕਬੱਡੀ ਕੋਚ ਉਹ ਇੱਥੇ ਪਹੁੰਚ ਚੁੱਕੇ ਨੇ ਉਹਨਾਂ ਨੂੰ ਬੇਨਤੀ ਆ ਕਿ ਸਾਡੇ ਕੋਲੇ ਮੁੱਖ ਸ਼ੇਰ ਤੇ ਆ ਜਾਣ ਜੀ ਸਰਦਾਰ ਭਗਵਾਨ ਸਿੰਘ ਜੀ ਰਾਮੂ ਵਾਲਾ ਕਬੱਡੀ ਕੋਚ ਉਹਨਾਂ ਨੂੰ ਬੇਨਤੀ ਆ ਕਿ ਸਾਡੇ ਕੋਲੇ ਮੇਨ ਸਟੇਜ ਤੇ ਪਹੁੰਚਣ ਜੀ ਧੰਨਵਾਦ ਜੀ ਮਲਕ ਦੀ ਟੀਮ ਗਰਾਊਂਡ ਤੇ ਸੈਦੋ ਕਹਿੰਦੀ ਟੀਮ ਜਲਦੀ ਦੇ ਨਾਲ ਹੀ ਕਿਤੇ ਵੀ ਆਵਾਜ਼ ਨੂੰ ਸੁਣਦੀ ਅਤੇ ਜਲਦੀ ਦੇ ਨਾਲ ਹੀ ਸੈਦੋ ਦੀ ਟੀਮ ਖੇਡ ਮੈਦਾਨ ਦੇ ਵਿੱਚ ਪੁੱਜੇ ਸੈਦੋ ਤੇ ਮਲਕ ਦੇ ਦਰਮਿਆਨ ਮੈਚ ਖੇਡਿਆ ਜਾਣਾ ਬਾਦਰਾ ਤੇ ਭਿੰਡਰ 75 ਕਿਲੋ ਦਾ ਫਾਈਨਲ ਮੈਚ ਖੇਡਿਆ ਜਾਣਾ ਇਹ ਵੀ ਟੀਮਾਂ ਤਿਆਰੀ ਫੜ ਲੈਣ ਤੇ ਅਗਲੇ ਮੈਚਾਂ ਦੀਆਂ ਟਾਈਆਂ ਕੱਢ ਦਿਓ ਜੀ ਜਲਦੀ ਦੇ ਨਾਲ ਹੀ ਸੈਦੋ ਕਹਿੰਦੀ ਟੀਮ ਜਲਦੀ ਦੇ ਨਾਲ ਖੇਡ ਮੈਦਾਨ ਚ ਪੁੱਜੇ ਜੀ ਸੈਦੋ ਜਲਦੀ ਦੇ ਨਾਲ ਹੀ ਟੀਮ ਖੇਡ ਮੈਦਾਨ ਦੇ ਵਿੱਚ ਪੁੱਜੇ ਮਲਕ ਦੀ ਟੀਮ ਖੇਡ ਮੈਦਾਨ ਦੇ ਵਿੱਚ ਪੁੱਜੀ ਹੋਈ ਆ ਮਲਕ ਦੀ ਟੀਮ ਖੇਡ ਮੈਦਾਨ ਦੇ ਵਿੱਚ ਹੈ ਡਾਕਟਰ ਜਸਪਾਲ ਸਿੰਘ ਜੀ ਹੰਸਰਾ ਕੈਨੇਡਾ ਅਵਤਾਰ ਸਿੰਘ ਜੀ ਹੰਸਰਾ ਕੈਨੇਡਾ ਤੇ ਸਾਡਾ ਵੀ 1,00,000 ਰੁਪਇਆ ਮੇਰਾ ਵੀ ਯੋਗਦਾਨ ਪਾਉਂਦੇ ਟੂਰਨਾਮੈਂਟ ਦੀ ਧੰਨਵਾਦ ਕਰਦੇ ਆ ਤੇ ਬਹੁਤ ਹੀ ਸਤਿਕਾਰਯੋਗ ਮੇਰੇ ਵੀਰ ਕਬੱਡੀ ਦਾ ਸਦਾਈ ਸਾਡਾ ਵੀਰ ਯਾਰਾਂ ਦਾ ਯਾਰ ਜਸਪਾਲ ਸਿੰਘ ਜੀ ਪੱਟੀ ਸੀਨੀਅਰ ਮੀਤ ਪ੍ਰਧਾਨ ਨੇ ਮੇਰੇ ਵੀਰੋ ਆਪਣੇ ਯਾਰਾਂ ਤੋਂ ਵੱਡਾ ਮਾਣ ਰੱਖਦਿਆਂ ਹੋਇਆ ਮੇਰੇ ਵੀਰੋ 5,00,000 ਰੁਪਇਆ ਟੂਰਨਾਮੈਂਟ ਲਈ ਇਕੱਠਾ ਕੀਤਾ ਹੰਸਾ ਸਟੂਡੀਓ ਵਾਲੇ ਦਾ ਜਸਪਾਲ ਸਿੰਘ ਜੱਸੀ ਪੱਟੀ ਵੀਰ ਦਾ ਮੇਰੇ ਵੀਰੋ ਧੰਨਵਾਦ ਕਰਦਿਆਂ ਤੇ ਬੇਨਤੀ ਕਰਦਾ ਮੈਂ ਜਲਦੀ ਦੇ ਨਾਲ ਹੀ ਟੀਮਾਂ ਖੇਡ ਮੈਦਾਨ ਦੇ ਵਿੱਚ ਪੁੱਜਣ ਅੱਜ ਤੱਕ ਸੈਦੋ ਦੀ ਟੀਮ ਖੇਡ ਮੈਦਾਨ ਦੇ ਵਿੱਚ ਨਹੀਂ ਪੁੱਜੀ ਤੇ ਮੇਰੇ ਵੀਰੋ ਮਲਕ ਦੀ ਟੀਮ ਜਿਹੜੀ ਖੇਡ ਮੈਦਾਨ ਦੇ ਵਿੱਚ ਪੁੱਜੀ ਹੋਈ ਆ ਤੇ ਨਾਲ ਹੀ ਭਿੰਡਰ ਕਲਾਂ ਤੇ ਨਾਲ ਮੇਰੇ ਵੀਰੋ ਬਦਰੇ ਦੇ ਦਰਮਿਆਨ ਕਬੱਡੀ 75 ਕਿਲੋ ਦਾ ਮੈਚ ਖੇਡਿਆ ਜਾਣਾ ਇਹ ਵੀ ਟੀਮਾਂ ਖੇਡ ਮੈਦਾਨ ਦੇ ਵਿੱਚ ਜਲਦੀ ਦੇ ਨਾਲ ਹੀ ਪੁੱਜਣਗੀਆਂ ਇੱਕ ਮਿੰਟ ਦਾ ਸਮਾਂ ਲਵੀ ਮਣੀਤੂੜ ਘੜੀ ਤੇ ਲਾ ਲਾ ਵੀਰੇ ਇੱਕ ਮਿੰਟ ਦਾ ਸਮਾਂ ਉਸ ਤੋਂ ਬਾਅਦ ਸੈਦੋ ਦੀ ਟੀਮ ਨੂੰ ਕੱਟਿਆ ਜਾਣਾ
ਮਲਕ ਦੀ ਟੀਮ ਗਰਾਊਂਡ ਦੇ ਵਿੱਚ ਆ ਤੇ ਸੈਤੋ ਦੀ ਟੀਮ ਜਲਦੀ ਦੇ ਨਾਲ ਹੀ ਖੇਡ ਮੈਦਾਨ ਚ ਪੁੱਜੇ 1 ਮਿੰਟ ਦਾ ਸਮਾਂ ਬਾਕ ਓਵਰ ਦੇਤਾ ਜੀ ਮਲਕ ਦੀ ਟੀਮ ਨੋਟ ਕਰ ਲਿਓ ਜੇਤੂ ਹੈ ਖੇਡ ਮੈਦਾਨ ਦੇ ਵਿੱਚੋਂ ਕਬੱਡੀ 75 ਕਿਲੋ ਪਿੰਡਰ ਤੇ ਬਾਦਰੇ ਦੇ ਦਰਮਿਆਨ ਦੋਨੋਂ ਟੀਮਾਂ ਜਲਦੀ ਨਾਲ ਖੇਡ ਮੈਦਾਨ ਦੇ ਵਿੱਚ ਪਹੁੰਚਣ ਪਿੰਡਰ ਤੇ ਬਾਦਰ ਬਦਰਾ ਇਹ ਦੋਨੋਂ ਟੀਮਾਂ ਦੇ ਦਰਮਿਆਨ ਕਬੱਡੀ 75 ਕਿਲੋ ਦਾ ਮੈਚ ਖੇਡਿਆ ਜਾਣਾ ਮੇਰੇ ਵੀਰੋ ਮੈਨੂੰ ਆਸਟ੍ਰੇਲੀਆ ਵਾਲਾ ਸਾਡਾ ਵੀਰ ਕਬੱਡੀ 75 ਕਿਲੋ ਦੇ ਲਈ ਬਹੁਤ ਵੱਡੇ ਮਾਣ ਬਖਸ਼ਦਾ ਉਸ ਵੀਰ ਦਾ ਵੀ ਧੰਨਵਾਦ ਕਰਦੇ ਹਾਂ ਮੈਨੂੰ ਆਸਟ੍ਰੇਲੀਆ ਸਾਡਾ ਵੀਰ ਮੇਰੇ ਵੀਰੋ ਲਾਈਵ ਮੈਚ ਦੇਖ ਰਿਹਾ 365 ਕਬੱਡੀ .com ਤੇ ਸਾਡੇ ਵੀਰ ਪ੍ਰਦੀਪ ਹੋਰਾਂ ਦਾ ਹੈਪੀ ਹੋਰਾਂ ਦਾ ਵੱਡਾ ਸਵਾਗਤ ਹੈ ਇਸ ਟੂਰਨਾਮੈਂਟ ਦੇ ਨਾਲ ਵਾਈਫਾਈ ਵਾਲੇ ਸਾਡੇ ਵੀਰ ਅਮਰਤ ਚੀਮਾ ਜੈਂਕੀ ਜਾਟੂਰੀ ਬੱਸੀਆਂ ਤੋਂ ਪੁੱਜੇ ਹੋਏ ਨੇ ਮੇਰੀ ਜਿੰਦ ਜਾਨ ਕਬੱਡੀ ਪੇਜ ਮੇਰੇ ਵੀਰੋ ਸਨੀ ਗਿੱਲ ਨਾਰਵੇ ਉਹ ਵੀ ਸਾਡਾ ਵੀਰ ਆ ਜਿਨ੍ਹਾਂ ਵੀਰਾਂ ਦੇ ਅੱਜ ਮਾਣ ਸਨਮਾਨ ਕੀਤੇ ਜਾਣੇ ਨੇ ਹਾਂਜੀ ਸਾਡੇ ਕੋਲੇ ਹੁਣੇ ਹੁਣੇ ਹੀ ਸਰਦਾਰ ਭਗਵਾਨ ਸਿੰਘ ਜੀ ਰਾਮੂ ਵਾਲਾ ਕਬੱਡੀ ਕੋਚ ਪਹੁੰਚ ਚੁੱਕੇ ਨੇ ਅਸੀਂ ਇਹਨਾਂ ਦੇ ਇੱਥੇ ਪਹੁੰਚਣ ਦੇ ਦਿਲ ਦੀਆਂ ਗਰਾਈਆਂ ਚੋਂ ਸਤਿਕਾਰ ਕਰਦੇ ਹਾਂ ਜੀ ਆਇਆਂ ਕਹਿੰਦੇ ਹਾਂ ਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਪਹਿਲਾ ਮੈਚ ਕਬੱਡੀ ਓਪਨ ਦਾ ਮੇਰੇ ਵੀਰੋ ਦੂਜੇ ਰਾਊਂਡ ਦਾ ਖੇਡਿਆ ਜਾਣਾ ਭੁੰਦੜ ਤੇ ਮਾਣੂ ਕੇ ਸੰਧੂ ਕੌਂਕੇ ਤੇ ਮੀਣੀਆ ਬੋਪਾ ਰਾਮਾ ਤੇ ਭੁਲਾਣਾ ਰਸੂਲਪੁਰ ਤੇ ਮਾਨਕੀ ਖਾੜਾ ਤੇ ਜਗਰਾਓਂ ਬੁਰਜਰੀ ਸਿੰਘ ਵਾਲਾ ਤੇ ਜੰਡੀ ਧਰਮਕੋਟ ਤੇ ਨਕੋਦਰ ਮਲਕ ਤੇ ਕੋਟ ਕਰੋੜ ਇਹ ਟੀਮਾਂ ਤਿਆਰੀ ਫੜ ਕੇ ਜਲਦੀ ਦੇ ਨਾਲ ਹੀ ਖੇਡ ਮੈਦਾਨਾਂ ਵਿੱਚ ਪਹੁੰਚਣਗੀਆਂ ਹਾਂਜੀ ਸਾਡੇ ਸਰਪੰਚ ਜਸਪ੍ਰੀਤ ਸਿੰਘ ਦੇ ਡੈਡੀ ਜੀ ਸਰਦਾਰ ਗੋਪਾਲ ਸਿੰਘ ਜੀ ਉਹ ਵੀ ਸਾਡੇ ਵਿੱਚ ਪਹੁੰਚੇ ਨੇ ਉਹਨਾਂ ਦਾ ਵੀ ਇੱਥੇ ਪਹੁੰਚਣ ਤੇ ਧੰਨਵਾਦ ਜੀ ਤੇ ਉਹਨਾਂ ਨੂੰ ਜੀਵਾਂ ਆਖਦੇ ਹਾਂ ਜੀ ਸਰਦਾਰ ਗੋਪਾਲ ਸਿੰਘ ਜੀ ਭਿੰਡਰ ਦੀ ਟੀਮ ਜਲਦੀ ਦੇ ਨਾਲ ਹੀ ਖੇਡ ਮੈਦਾਨ ਦੇ ਵਿੱਚ ਪੁੱਜੇ ਭਿੰਡਰ ਦੀ ਟੀਮ ਭੁੰਦੜ ਤੇ ਮਾਣੋ ਕੇ ਸੰਧੂਆਂ ਦੀਆਂ ਟੀਮਾਂ ਨੂੰ ਬੇਨਤੀ ਕਰਦੇ ਆ ਕਿ ਜਲਦੀ ਦੇ ਨਾਲ ਹੀ ਖੇਡ ਮੈਦਾਨ ਦੇ ਵਿੱਚ ਪਹੁੰਚਣਗੀਆਂ ਭਿੰਡਰ ਭੁੰਦੜ ਤੇ ਮਾਣੋ ਕੇ ਸੰਧੂ ਕੌਂਕੇ ਤੇ ਮੀਣੀਆਂ ਬੋਪਾ ਰਾਏ ਤੇ ਭੁਲਾਣਾ ਰਸੂਲਪੁਰ ਤੇ